ਇਹ ਮਾਲਕ ਨੂੰ ਮਿਲਣ ਦਾ ਜੋ ਭੇਦ ਹੈ, ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਅਤੇ ਭਗਤ ਜਨ ਭੱਟ ਸਿੱਖ ਸਾਰੇ ਦੇ ਰਹੇ ਹਨ। ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਪੜ੍ਹਨ ਤੋਂ ਬਾਅਦ ਵਿਚਾਰਨਾ ਹੈ। ਜੇ ਨਾ ਸਮਝ ਲੱਗੇ ਕਿਸੇ ਗੁਰਮੁਖ ਨਾਲ ਵਿਚਾਰ ਕਰਨੀ ਹੈ, ਅਤੇ ਫਿਰ ਗੁਰਬਾਣੀ ਵਿੱਚ ਜੋ ਦੱਸਿਆ ਹੈ ਉਹਨੂੰ ਪ੍ਰੈਕਟੀਕਲ ਕਰਨਾ, ਪ੍ਰਤੱਖ ਗੁਰਬਾਣੀ ਦੇ ਮੁਤਾਬਕ ਨਿਸ਼ਾਨੀਆਂ ਪ੍ਰਗਟ ਹੋਣਗੀਆਂ। ਗੁਰਬਾਣੀ ਦੇ ਨਾਲ ਟੈਲੀ ਕਰਦੇ ਹੋਇਆਂ, ਮਿਲਾਉਂਦਿਆਂ ਹੋਇਆਂ ਤੁਸੀਂ ਸੱਚ ਨਾਲ ਮਿਲਾਪ ਕਰਨਾ, ਤੁਸੀਂ ਆਪਣੇ ਮੂਲ ਨੂੰ ਮਿਲਣਾ। ਮੂਲ ਕਹਿੰਦੇ ਨੇ ਮੁੱਢ ਨੂੰ, ਜਿੱਥੋਂ ਆਪਾਂ ਸਾਰੇ ਪੈਦਾ ਹੋਏ ਹਾਂ, ਅਤੇ ਸਾਡੇ ਸਾਰਿਆਂ ਦਾ ਜਿਹੜਾ ਮੂਲ ਹੈ, ਮੁੱਢ ਹੈ, ਉਹ ਹੈ ਸੱਚ। ਸੱਚ ਮਾਲਕ ਨੂੰ ਕਹਿੰਦੇ ਨੇ, ਦੁਨੀਆ ਬਣਾਉਣ ਵਾਲੇ ਨੂੰ। ਅਤੇ ਮਾਲਕ ਨੇ ਇਹ ਜੋ ਸੰਸਾਰ ਰਚਿਆ ਹੈ, ਇਹ ਖੇਡ ਰਚਿਆ ਹੈ। ਇਸ ਖੇਡ ਦੇ ਵਿੱਚ ਮਨ ਨੂੰ, ਆਪਦੇ ਬੱਚੇ ਨੂੰ ਸਵਾਸਾਂ ਦਾ ਧਨ ਅਤੇ ਸਮਾਂ ਗਿਣ ਕੇ ਦਿੱਤਾ ਹੈ। ਉਸ ਸਮੇਂ ਦੇ ਵਿੱਚ ਸਵਾਸਾਂ ਦੇ ਧਨ ਦੇ ਹੁੰਦਿਆਂ ਹੁੰਦਿਆਂ ਮਨ ਨੇ ਮਾਲਕ ਨੂੰ ਮਿਲਣਾ। ਅਗਰ ਮਿਲ ਗਿਆ ਤਾਂ ਖੇਡ ਜਿੱਤ ਗਿਆ, ਅਗਰ ਨਾ ਮਿਲਿਆ ਸੰਗਤ ਵਿੱਚ ਆ ਕੇ ਭੇਦ ਨਾ ਲਿਆ ਨਾਮ ਦਾ ਅਤੇ ਸੱਚ ਦਾ, ਸਵਾਸ ਖਤਮ ਹੋ ਗਏ ਤਾਂ ਖੇਡ ਹਾਰ ਗਿਆ। ਜਦੋਂ ਖੇਡ ਹਾਰੇਗਾ ਫਿਰ ਕਿੱਧਰ ਜਾਏਗਾ? ਜਿੱਧਰ ਧਿਆਨ ਹੋਏਗਾ, ਜਿੱਧਰ ਜ਼ਿਆਦਾ ਰੁਚੀ ਹੋਏਗੀ, ਜਿੱਧਰ ਜ਼ਿਆਦਾ ਸਵਾਸ ਖਰਚ ਕੀਤੇ ਹੋਣਗੇ ਉਹ ਜੂਣ ਮਿਲੇਗੀ। ਅਤੇ ਆਪਾਂ ਨੂੰ ਗਿਆਨ ਆਇਆ ਸਾਰਿਆਂ ਨੂੰ ਕਿ ਆਪਾਂ ਜੂਨਾਂ 'ਚ ਨਹੀਂ ਆਉਣਾ ਚਾਹੁੰਦੇ, ਆਪਾਂ ਜੂਨਾਂ 'ਚ ਨਹੀਂ ਆਉਂਦੇ। ਇੱਥੇ ਦੁੱਖ ਹੀ ਦੁੱਖ, ਇੱਥੇ ਦੁੱਖ ਹੀ ਦੁੱਖ ਨੇ, ਕਿਉਂਕਿ ਜਿਹੜਾ ਸੰਸਾਰ ਹੈ ਇਹ ਕਿਸੇ ਨੂੰ ਛੱਡਦਾ ਨਹੀਂ, ਕਿਸੇ ਨੂੰ ਬਖਸ਼ਦਾ ਨਹੀਂ। ਆਪਾਂ ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਜਦੋਂ ਕੋਈ ਆਪਾਂ ਨੂੰ ਆਪਣੇ ਪਿਆਰ ਵਾਲਾ ਸ਼ਬਦ ਦੀ ਚੋਟ ਮਾਰਦਾ, ਉਦੋਂ ਬਹੁਤ ਦੁੱਖ ਲੱਗਦਾ। ਥਰਡ ਪਰਸਨ ਕੁਛ ਕਹਿ ਦੇਵੇ ਕੋਈ ਪਰਵਾਹ ਨਹੀਂ ਹੁੰਦੀ, ਕਿਉਂਕਿ ਉਹਦੇ ਨਾਲ ਸਾਡਾ ਪਿਆਰ ਹੀ ਹੈ ਨਹੀਂ। ਅਤੇ ਜਿਹਦੇ ਨਾਲ ਲਗਾਅ ਹੁੰਦਾ, ਜਦੋਂ ਉਹ ਕੋਈ ਸ਼ਬਦ ਦੀ ਚੋਟ ਮਾਰਦਾ, ਜਾਇਜ਼ ਨਜਾਇਜ਼ ਕਹਿੰਦਾ, ਉਦੋਂ ਮਨ ਨੂੰ ਕਿਉਂ? ਕਿਉਂਕਿ ਮਨ ਨਿਰਮਲ ਹੋਇਆ ਹੁੰਦਾ, ਮਨ ਸਾਫ਼ ਹੋਇਆ ਹੁੰਦਾ। ਅਤੇ ਜਦੋਂ ਸਾਫ਼ ਹੁੰਦਾ ਮਨ, ਅਤੇ ਉਹਨੂੰ ਮਾੜਾ ਜਿਹਾ ਕੁਛ ਪਿਆਰ ਵਾਲਾ ਕਹਿ ਦੇਵੇ, ਫਿਰ ਉਹਨੂੰ ਛੱਡਦਾ ਨਹੀਂ। ਬੜਾ ਔਖਾ ਹੈ ਛੱਡਣਾ, ਵਾਰ ਵਾਰ ਉਹ ਖਿਆਲ ਆਏਗਾ ਕਿ ਮੈਂ ਇਹਨਾਂ ਦਾ ਕਿੰਨਾ ਜ਼ਿਆਦਾ ਚੰਗਾ ਸੋਚਦਾ, ਮੈਂ ਕਿੰਨਾ ਇਹਨਾਂ ਨੂੰ ਸਤਿਕਾਰ ਦਿੰਦਾ, ਪਿਆਰ ਦਿੰਦਾ, ਇਹ ਕੀ ਕਰਦੇ ਨੇ। ਹੁਣ ਗੁਰਮੁਖ ਪਿਆਰਿਓ, ਜਦੋਂ ਆਪਾਂ ਮਨ ਦੇ ਵਾਸਤੇ ਗਿਆਨ ਲੈਣਾ ਹੁੰਦਾ ਹੈ ਤਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਆਪਾਂ। ਗੁਰੂ ਦੀ ਸ਼ਰਨ ਵਿੱਚ ਆ ਕੇ, ਇਹ ਸਮੁੰਦਰ ਹੈ, ਬਹੁਤ ਜ਼ਿਆਦਾ ਗਿਆਨ ਹੈ, ਬੜਾ ਡੂੰਘਾ, ਬੜੀਆਂ ਉਦਾਹਰਨਾਂ ਨੇ, ਪਰ ਮਹਾਰਾਜ ਕਹਿੰਦੇ ਵੀ ਤੁਸੀਂ ਇੱਕ ਵਾਰੀ ਮਾਲਕ ਨੂੰ ਮਿਲ ਲਓ। ਮਨ ਸਮਝਾਵਣ ਕਾਰਨੇ ਕਛੂ ਕੁ ਪੜੀਏ ਗਿਆਨ, ਵੀ ਉਹਨਾਂ ਕੁ ਗਿਆਨ ਲਓ ਜਿਹਦੇ ਨਾਲ ਇੱਕ ਵਾਰੀ ਮਾਲਕ ਨੂੰ ਮਿਲ ਲਓ। ਅਤੇ ਜਦੋਂ ਅਸੀਂ ਥੋੜ੍ਹਾ ਜਿਹਾ ਗਿਆਨ ਮੇਨ ਲੈ ਕੇ ਮਾਲਕ ਨੂੰ ਮਿਲ ਲਵਾਂਗੇ, ਫਿਰ ਸਾਨੂੰ ਸਾਰਾ ਗਿਆਨ ਮਾਲਕ ਆਪ ਦੇਗਾ।
ਅੰਤਰਗਤ ਸਹਿਜ ਵਿੱਚ ਸਾਡੇ ਸਰੀਰ ਦਾ ਨਕਸ਼ਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਉਹ ਨਕਸ਼ੇ ਨੂੰ ਸਮਝਾਉਣਗੇ ਮਾਲਕ ਆਪ ਖੁਦ। ਜਾਂ ਸਤਿਗੁਰ ਦੀ ਡਿਊਟੀ ਲੱਗੇਗੀ ਜਾਂ ਗੁਰੂ ਦੀ ਡਿਊਟੀ ਲੱਗੇਗੀ, ਜਾਓ ਇਸ ਬੱਚੇ ਨੂੰ ਸਮਝਾਓ। ਅਤੇ ਉਹ ਸਹਿਜ ਵਿੱਚ ਜਦੋਂ ਅਸੀਂ ਸਰੀਰ ਛੱਡ ਚੁੱਕੇ ਹੁੰਦੇ ਹਾਂ, ਸੁੱਤੇ ਹੁੰਦੇ ਹਾਂ, ਉੱਧਰ ਮਨ ਨੂੰ ਜਗਾ ਕੇ ਗਿਆਨ ਦਿੱਤਾ ਜਾਂਦਾ ਹੈ। ਕਈ ਜੁਗਤੀਆਂ ਵਿਧੀਆਂ ਲਵਾਈਆਂ ਜਾਂਦੀਆਂ ਨੇ, ਉਹ ਕਈਆਂ ਨੂੰ ਸਰੀਰ ਵਿੱਚ ਆ ਕੇ ਭੁੱਲ ਜਾਂਦੀਆਂ ਨੇ, ਕਈਆਂ ਨੂੰ ਯਾਦ ਰਹਿੰਦੀਆਂ ਨੇ, ਜਾਂ ਕੁਛ ਸਮੇਂ ਬਾਅਦ ਯਾਦ ਆ ਜਾਂਦਾ। ਫਿਰ ਉਹਨੂੰ ਕਲੀਅਰ ਕਰਨਾ, ਕਲੀਅਰ ਕਰਕੇ ਛੇਤੀ ਤੋਂ ਛੇਤੀ ਆਪਾਂ ਮਾਲਕ ਦੀ ਬੁੱਕਲ ਵਿੱਚ ਜਾਣਾ। ਆਓ ਹੁਣ ਆਪਾਂ ਬਾਣੀ ਨੂੰ ਵਿਚਾਰਦੇ ਹੋਇਆਂ ਆਪਾਂ ਨੂੰ ਭੇਦ ਆਇਆ ਕਿ ਗੁਰਬਾਣੀ ਦੇ ਵਿੱਚ ਗੁਰਮੰਤਰ ਵੀ ਕਿਹਾ ਗਿਆ ਹੈ, ਔਰ ਇਹ ਕਿਹਨੂੰ ਕਿਹਾ ਗਿਆ ਹੈ, ਮੰਤਰ ਕਿਹਨੂੰ ਕਹਿੰਦੇ ਨੇ। ਪਹਿਲਾਂ ਤਾਂ ਇਹ ਸਮਝੀਏ ਆਪਾਂ ਮੰਤਰ ਕਿਹਨੂੰ ਕਹਿੰਦੇ। ਮੰਤਰ ਕਹਿੰਦੇ ਨੇ ਜਿਹੜੀ ਆਪਾਂ ਆਵਾਜ਼ ਬੋਲਦੇ ਹਾਂ, ਜਿਹੜੀ ਆਵਾਜ਼ ਨਿਕਲਦੀ ਹੈ, ਇਹਨੂੰ ਮੰਤਰ ਕਹਿੰਦੇ ਨੇ। ਹੁਣ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਹਨਾਂ ਨੂੰ ਆਪਾਂ ਮੂਲ ਕਹਿੰਦੇ ਹਾਂ, ਅਤੇ ਉਹਨਾਂ ਦੇ ਮੁੱਖ ਵਿੱਚੋਂ ਨਿਕਲੀ ਹੋਈ ਆਵਾਜ਼ ਨੂੰ ਮੰਤਰ ਕਹਿੰਦੇ ਹਾਂ। ਮੂਲ ਮੰਤਰ, ਉਹ ਜਿਹੜੀ ਆਵਾਜ਼ ਨਿਕਲੀ ਹੋਈ ਆ ਉਹਨੂੰ ਆਪਾਂ ਗੁਰਬਾਣੀ ਵਿੱਚ ਨਾਮ ਕਹਿੰਦੇ ਹਾਂ। ਅਤੇ ਨਾਮ ਇੱਕ ਧੁਨ ਹੈ, ਗੁਣ ਗੋਬਿੰਦ ਨਾਮ ਧੁਨ ਬਾਣੀ, ਉਹ ਧੁਨ ਅਨਹਦ ਬਾਣੀ ਵੀ ਕਿਹਾ ਗਿਆ ਹੈ। ਹੁਣ ਉਹ ਜੋ ਮੰਤਰ ਹੈ, ਉਸ ਮੂਲ ਤੱਕ ਪਹੁੰਚਣ ਦੇ ਲਈ ਸਾਨੂੰ ਇੱਕ ਮੰਤਰ ਮਿਲਦਾ, ਉਹਨੂੰ ਕਹਿੰਦੇ ਨੇ ਗੁਰਮੰਤਰ। ਕੀ ਕਹਿੰਦੇ ਜੀ? ਗੁਰਮੰਤਰ। ਹੁਣ ਜਿਹੜਾ ਗੁਰਮੰਤਰ ਹੁੰਦਾ ਹੈ, ਇਹ ਅੱਖਰਾਂ ਵਾਲਾ ਹੁੰਦਾ ਹੈ, ਇਹ ਸਪੈਲਿੰਗਾਂ ਵਾਲਾ ਹੁੰਦਾ ਹੈ, ਲਿਖਣ ਪੜ੍ਹਨ ਵਿੱਚ ਆਉਂਦਾ ਹੈ। ਕਈ ਗੁਰਮੁਖ ਭੁਲੇਖੇ ਵਿੱਚ ਪੈ ਗਏ, ਸੰਸਥਾਵਾਂ ਬਣੀਆਂ ਹੋਈਆਂ ਨੇ ਬਹੁਤ ਸਾਰੀਆਂ, ਉੱਥੇ ਉਹ ਕਹਿੰਦੇ ਆਓ ਜਾਂ ਆਪਾਂ ਕਿਸੇ ਨਾਲ ਗੱਲ ਕਰੀਏ, ਉਹ ਕਹਿੰਦੇ ਵੀ ਮੇਰਾ ਨਾਮ ਲਿਆ ਹੋਇਆ ਹੈ। ਉਹ ਨਾਮ ਨਹੀਂ ਲਿਆ ਹੁੰਦਾ, ਉਹ ਗੁਰਮੰਤਰ ਲਿਆ ਹੁੰਦਾ ਹੈ ਅੱਖਰਾਂ ਵਾਲਾ। ਅਤੇ ਜਿਹੜਾ ਨਾਮ ਆ ਉਹ ਤਾਂ ਧੁਨ, ਉਹ ਤਾਂ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ। ਜਿਸ ਤਰ੍ਹਾਂ ਮਾਲਕ ਦਾ ਕੋਈ ਰੂਪ ਰੰਗ ਨਹੀਂ ਹੈ, ਇਸੇ ਤਰ੍ਹਾਂ ਨਾਮ ਦਾ ਸ਼ਬਦ ਦਾ ਵੀ ਕੋਈ ਰੂਪ ਰੰਗ ਨਹੀਂ ਹੈ। ਅਤੇ ਸਰੂਪ ਨਾ ਰੇਖ ਅਨਾਹਦ ਵਾਜੇ, ਸ਼ਬਦ ਨਿਰੰਜਨ ਕੀ ਆ। ਹੁਣ ਉੱਥੇ ਅੱਖਰਾਂ ਵਾਲਾ ਦਿੱਤਾ ਜਾਂਦਾ, ਉਹਨੂੰ ਨਾਮ ਕਿਹਾ ਜਾਂਦਾ, ਪਰ ਉਹ ਨਾਮ ਨਹੀਂ ਹੁੰਦਾ। ਅਤੇ ਆਪਾਂ ਨੂੰ ਆਲਰੇਡੀ ਵਿਰਾਸਤ ਦੇ ਵਿੱਚ, ਵਿਰਾਸਤ ਕਿਹਨੂੰ ਕਹਿੰਦੇ ਨੇ? ਵੱਡਿਆਂ ਵੱਲੋਂ। ਸਾਡੇ ਵੱਡੇ ਕੌਣ ਨੇ? ਗੁਰੂ ਨਾਨਕ ਦੇਵ ਜੀ, ਗੁਰੂ ਸਾਹਿਬਾਨ, ਦਸਵੇਂ ਪਾਤਸ਼ਾਹ, ਭਗਤ, ਭੱਟ, ਸਿੱਖ, ਜੋ ਗੁਰਬਾਣੀ ਵਿੱਚ ਸਭਾ ਬੈਠੀ ਹੈ, ਸਾਡੇ ਵੱਡੇ ਵਡੇਰੇ ਨੇ। ਇਹਨਾਂ ਵੱਡਿਆਂ ਵਡੇਰਿਆਂ ਵੱਲੋਂ ਸਾਨੂੰ ਇੱਕ ਗੁਰਮੰਤਰ ਮਿਲਿਆ ਹੋਇਆ ਹੈ। ਉਹ ਗਿਆਨ ਨਾ ਹੋਣ ਕਰਕੇ ਅਸੀਂ ਫਿਰ ਜਾਂਦੇ ਹਾਂ। ਅਤੇ ਉਹ ਗੁਰਮੰਤਰ ਕਿਹੜਾ ਮਿਲਿਆ ਹੋਇਆ? ਵਾਹਿਗੁਰੂ ਗੁਰਮੰਤਰ। ਭਾਈ ਗੁਰਦਾਸ ਜੀ ਵੀ ਸਾਡੇ ਵੱਡਿਆਂ 'ਚ ਆਉਂਦੇ ਨੇ,
ਉਹ ਕੀ ਕਹਿੰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਕਹਿੰਦੇ ਇਹਨੂੰ ਜਪ ਰਟਨ ਕਰ ਇਹਨੂੰ, ਅਤੇ ਆਪਾਂ ਫਿਰ ਉਹ ਰਟਨ ਕਰਦੇ ਹਾਂ ਵਾਹ ਗੁਰੂ ਵਾਹ, ਬੋਲਦੇ ਹਾਂ ਅਤੇ ਸੁਣਦੇ ਹਾਂ। ਜਦੋਂ ਅਸੀਂ ਬੋਲ ਕੇ ਸੁਣਦੇ ਹਾਂ ਉਹਨੂੰ ਕਹਿੰਦੇ ਨੇ ਧੁਨ ਵਿੱਚ ਧਿਆਨ। ਕੀ ਕਹਿੰਦੇ ਆ ਜੀ? ਧੁਨ ਵਿੱਚ ਧਿਆਨ। ਕਹਿੰਦੇ ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ। ਕਹਿੰਦੇ ਜੇ ਤੁਸੀਂ ਧੁਨ ਵਿੱਚ ਧਿਆਨ ਰੱਖੋਗੇ ਤਾਂ ਮਾਲਕ ਨੂੰ ਜਾਣ ਲਓਗੇ। ਕਿਵੇਂ? ਤੁਸੀਂ ਵਾਹੇ ਬੋਲਿਆ ਕੰਨਾਂ ਨਾਲ ਸੁਣਿਆ, ਗੁਰੂ ਬੋਲਿਆ ਕੰਨਾਂ ਨਾਲ ਸੁਣਿਆ। ਅੱਖਰ ਨਹੀਂ ਬਣਾ ਕੇ ਦੇਖਣੇ ਸਾਹਮਣੇ, ਵਾਹਵੇ ਨੂੰ ਕੰਨਾਂ ਹਾਏ ਨੂੰ ਸਿਆਰੀ, ਸਿਰਫ ਆਵਾਜ਼ ਸੁਣਨੀ ਆ ਅਤੇ ਅੱਖਾਂ ਬੰਦ ਕਰਕੇ ਸੁਣ ਨੂੰ ਦੇਖਣਾ, ਸਪੇਸ ਨੂੰ ਦੇਖਣਾ ਜਿਹੜਾ ਅੱਖਾਂ ਬੰਦ ਕਰਕੇ ਥੋੜ੍ਹਾ ਜਿਹਾ ਅੱਗੇ ਦਿਸਦਾ। ਇੱਥੇ ਦੇਖਦੇ ਹੋਏ ਆਪਾਂ ਕਹਿਣਾ ਵਾਹ ਗੁਰੂ ਵਾਹ ਗੁਰੂ, ਕੰਨਾਂ ਨਾਲ ਸੁਣੀ ਜਾਣਾ। ਕੰਨਾਂ ਨਾਲ ਸੁਣਦਿਆਂ ਹੋਇਆਂ ਫਿਰ ਸਾਨੂੰ ਇੱਕ ਆਵਾਜ਼ ਸੁਣਾਈ ਦੇਗੀ, ਉਹ ਧੁਨ ਹੋਏਗੀ, ਉਹ ਟਿਊਨ ਦੀ ਤਰ੍ਹਾਂ ਹੋਏਗੀ, ਇੱਕ ਸਾਜ਼ ਦੀ ਤਰ੍ਹਾਂ ਹੋਏਗੀ। ਜੇ ਵਾਹਿਗੁਰੂ ਗੁਰਮੰਤਰ ਕੰਨਾਂ ਨਾਲ ਸੁਣੋਗੇ ਤਾਂ ਉਹ ਸੁਣਾਈ ਦੇਗੀ। ਉਹ ਪਹਿਲਾਂ ਵੀ ਸੁਣ ਸਾਡੇ ਅੰਦਰ ਚੱਲਦੀ ਸੀ ਪਰ ਭੇਦ ਨਹੀਂ ਸੀ, ਫਿਰ ਸਾਡੇ ਮਨ ਨੇ ਉਹਨੂੰ ਸੁਣਨਾ ਸ਼ੁਰੂ ਕਰ ਦੇਣਾ। ਉਸ ਨੂੰ ਨਾਮ ਸ਼ਬਦ ਅਨਹਦ ਕਹਿੰਦੇ ਨੇ। ਉਹਨੂੰ ਸੁਣਦਿਆਂ ਸੁਣਦਿਆਂ ਮਨ ਉੱਥੇ ਚਲਾ ਜਾਏਗਾ ਜਿੱਥੋਂ ਉਹ ਆ ਰਹੀ ਆ। ਅਤੇ ਉਹ ਕਿੱਥੋਂ ਆ ਰਹੀ ਆ? ਉਹ ਸਾਡੇ ਮੂਲ ਵਿੱਚੋਂ ਆ ਰਹੀ ਆ। ਮੂਲ ਆ ਸਾਡਾ ਸੱਚ, ਅਤੇ ਸੱਚ ਹੈ ਪ੍ਰਕਾਸ਼, ਉਹ ਪ੍ਰਕਾਸ਼ ਵਿੱਚੋਂ ਆ ਰਹੀ ਹੈ। ਅਤੇ ਸਾਡਾ ਮਨ ਉਹਨੂੰ ਸੁਣਦਾ ਸੁਣਦਾ ਪ੍ਰਕਾਸ਼ ਵਿੱਚ ਚਲਾ ਜਾਏਗਾ, ਮਾਲਕ ਦੀ ਪਹਿਚਾਣ ਕਰੇਗਾ। ਅਤੇ ਜੇ ਪ੍ਰਕਾਸ਼ ਹੋਇਆ ਤਾਂ ਉਹਨੂੰ ਨਹੀਂ ਪਤਾ ਵੀ ਇਹ ਕੀ ਹੋਇਆ, ਤਾਂ ਉਹ ਸੰਗਤ ਵਿੱਚ ਆ ਕੇ ਪੁੱਛੇਗਾ। ਸੰਗਤ ਵਿੱਚ ਗੁਰਮੁਖ ਮਿਲ ਜਾਣਗੇ, ਜਿੱਥੇ ਸੰਗਤ ਵੀ ਉਹ ਕਰਨੀ ਆ ਜਿੱਥੇ ਸੱਚ ਦਾ ਅਤੇ ਨਾਮ ਦੀ ਗੱਲ ਕੀਤੀ ਜਾਵੇ, ਭੇਜ ਦਿੱਤਾ ਜਾਵੇ। ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣਗੇ, ਤਾਂ ਉੱਥੋਂ ਸ਼ੋਰ ਕਰ ਲੈਣਾ ਕਿ ਵਾਕਿਆ ਇਹ ਸਹੀ ਹੋਇਆ, ਇਹ ਜੋ ਪ੍ਰਕਾਸ਼ ਦੇ ਦਰਸ਼ਨ ਹੋਏ ਨੇ ਕੀ ਇਹ ਸਹੀ ਹੈ। ਉਹ ਵੀ ਤੁਸੀਂ ਗੁਰਬਾਣੀ ਨਾਲ ਮਿਲਾ ਕੇ ਦੇਖਣਾ। ਕਈਆਂ ਗੁਰਮੁਖਾਂ ਨੂੰ ਹਜੇ ਵੀ ਭੁਲੇਖਾ ਹੈ, ਉਹ ਆਪਦੇ ਕੋਲੋਂ ਇੱਕ ਹੋਰ ਗੱਲ ਲਿਖ ਦਿੰਦੇ ਨੇ, ਜਿਵੇਂ ਪੰਜਾਂ ਤੱਤਾਂ ਦਾ ਪ੍ਰਕਾਸ਼ ਹੈ, ਹਰਾ ਲਾਲ ਪੀਲਾ ਸਫੈਦ ਨਿਵਬਲੂ ਕਾਲਾ, ਇਹ ਰੰਗ ਨੇ। ਅਤੇ ਲੇਕਿਨ ਸੁਨਹਿਰੀ ਤਾਂ ਭਾਈ ਸਾਹਿਬ ਨੇ ਕਿਹਾ ਹੀ ਨਹੀਂ, ਠੀਕ ਹੈ ਨਾ ਜੀ? ਅਤੇ ਉਹਨੂੰ ਆਪਾਂ ਸਮਝਣਾ ਸਾਰਿਆਂ ਨੇ। ਫਿਰ ਜੇ ਗੁਰਬਾਣੀ ਨਾਲ ਟੈਲੀ ਕਰਾਂਗੇ ਤਾਂ ਗੁਰਬਾਣੀ ਵਿੱਚ ਲਿਖਿਆ ਆਏਗਾ। ਅਤੇ ਵੱਡੇ ਸਾਹਿਬ ਭਾਈ ਸਾਹਿਬ ਇਹੀ ਕਹਿੰਦੇ ਸੀ, ਗੁਰਬਾਣੀ ਨਾਲ ਮਿਲਾ ਕੇ ਦੇਖੋ। ਅਤੇ ਜਦੋਂ ਆਪਾਂ ਮਿਲਾ ਕੇ ਚੱਲਾਂਗੇ ਫਿਰ ਗੁਰਬਾਣੀ ਗੁਰੂ ਚਾਹੁੰਦਾ ਹੈ, ਕੰਚਨ ਕਾਇਆ ਜੋਤ ਅਨੂਪ ਤ੍ਰੈ ਭਵਨ ਦੇਵਾ ਸਗਲ ਸਰੂਪ। ਮਤਲਬ ਕਹਿੰਦਾ ਕਿ ਭੁਲੇਖੇ 'ਚ ਨਹੀਂ ਪੈਣਾ, ਗੁਰਬਾਣੀ 'ਚ ਆ। ਗੁਰਬਾਣੀ ਦੇ ਮੁਤਾਬਕ ਭਾਈ ਸਾਹਿਬ ਕਹਿੰਦੇ ਚੱਲੋ, ਅਤੇ ਆਪਾਂ ਗੁਰਬਾਣੀ ਮੁਤਾਬਕ ਚੱਲਣਾ ਹੈ। ਅਤੇ ਜੇ ਸਾਨੂੰ ਇਸ ਤਰ੍ਹਾਂ ਦੀ ਝਲਕ ਦਿਖਾਈ ਦੇਵੇ, ਚਮਕ ਦਿਖਾਈ ਦੇਵੇ, ਜਿਵੇਂ ਬਾਹਰ ਸੂਰਜ ਦੀ ਚਮਕ ਹੈ, ਇਸੇ ਤਰ੍ਹਾਂ ਹਲਕਾ ਜਿਹਾ ਇਹਦੀ ਵੀ ਚਮਕ ਦਿਖਾਈ ਦੇਵੇ, ਮਿਕਸਅਪ ਹੋਵੇ, ਤਾਂ ਉਹ ਆਪਾਂ ਦਰਸ਼ਨ ਕਰਨੇ ਨੇ। ਹੁਣ ਇਹ ਸਾਰਾ ਭੇਦ ਲੈਂਦਿਆਂ ਹੋਇਆਂ ਮਨ ਨੇ ਮਾਲਕ ਨਾਲ ਮਿਲਾਪ ਕਰਨਾ, ਨਿਸ਼ਾਨੀਆਂ ਕਿਹੜੀਆਂ ਆਉਣਗੀਆਂ?
ਰੁਕਾਵਟਾਂ ਕਿਹੜੀਆਂ ਆਉਣਗੀਆਂ ਉਹ ਸਾਰਾ ਤੁਹਾਨੂੰ ਦੱਸਿਆ ਹੋਇਆ ਵੀ ਆਹ ਨਿਸ਼ਾਨੀਆਂ ਆਉਣਗੀਆਂ, ਆਹ ਰੁਕਾਵਟਾਂ ਆਉਣਗੀਆਂ, ਰੁਕਾਵਟਾਂ ਨੂੰ ਕਿਵੇਂ ਦੂਰ ਕਰਨਾ, ਨਿਸ਼ਾਨੀਆਂ ਨੂੰ ਕਿਵੇਂ ਪਕੜਨਾ ਹੈ, ਇਹ ਸਾਰਾ ਤੁਹਾਨੂੰ ਦੱਸਿਆ ਹੋਇਆ। ਸਿਰਫ ਤੇ ਸਿਰਫ ਪ੍ਰਭੂ ਮਿਲਾਪ ਕਰਨਾ। ਅਗਰ ਪ੍ਰਭੂ ਮਿਲਾਪ ਕਰ ਲੈਂਦੇ ਹਾਂ, ਕਰ ਲੈਂਦਾ ਸਾਡਾ ਮਨ, ਤਾਂ ਫਿਰ ਮਨ ਗੁਰਮੁਖ ਬਣ ਜਾਂਦਾ ਹੈ। ਕੀ ਬਣ ਜਾਂਦਾ ਜੀ? ਗੁਰਮੁਖ ਬਣ ਜਾਂਦਾ ਹੈ। ਸਮਾਂ ਪੈਣ 'ਤੇ ਮਨ ਦੀ, ਮਨ ਦਾ ਅਹੁਦਾ ਮਾਲਕ ਵੱਲੋਂ ਵੱਡਾ ਕੀਤਾ ਜਾਂਦਾ। ਪਹਿਲਾ ਜਿਹੜਾ ਅਹੁਦਾ ਹੈ ਉਹ ਹੈ ਸਿੱਖ ਦਾ। ਕਿਹੜਾ ਜੀ? ਸਟੂਡੈਂਟ। ਸਿੱਖ ਮੀਨਜ਼ ਸਟੂਡੈਂਟ। ਸਿੱਖਿਆ ਸਿੱਖੀ ਗੁਰ ਵਿਚਾਰ, ਜਿਹਨੇ ਗੁਰੂ ਦੀ ਵਿਚਾਰ ਸਿੱਖ ਲਈ ਉਹ ਸਿੱਖ ਬਣਦਾ। ਸਿੱਖ ਤੋਂ ਬਾਅਦ ਫਿਰ ਮਨ ਬੱਚਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਗੁਰਸਿੱਖ ਬਣਦਾ, ਕਿਉਂਕਿ ਉਹ ਮਤ ਲੈਂਦਾ ਗੁਰੂ ਦੀ। ਫਿਰ ਗੁਰਸਿੱਖ ਬਣਨ ਤੋਂ ਬਾਅਦ ਅਭਿਆਸ ਗੁਰੂ ਦੇ ਕਹਿਣ ਮੁਤਾਬਕ ਕਰਦਾ ਹੈ, ਸਾਸ ਗ੍ਰਾਸ ਕਰਦਾ ਹੈ, ਸਾਸ ਸਾਸ ਕਰਦਾ ਹੈ, ਰੋਮ ਰੋਮ ਕਰਦਾ ਹੈ, ਗੁਰੂ ਦੀ ਸਿੱਖਿਆ ਦੇ ਮੁਤਾਬਕ ਕਰਦਾ ਹੋਇਆ ਸਹਿਜ ਵਿੱਚ ਚਲਾ ਜਾਂਦਾ ਹੈ। ਸਹਿਜ ਵਿੱਚ ਜਾਂਦਿਆਂ ਹੀ ਸ਼ਬਦ ਪ੍ਰਗਟ ਹੋ ਜਾਂਦਾ ਹੈ, ਜਿਸ ਸ਼ਬਦ ਦੀ ਨਾਮ ਦੀ ਮਹਿਮਾ ਗੁਰਬਾਣੀ 'ਚ ਹੋ ਰਹੀ ਹੈ। ਹੁਣ ਜਦੋਂ ਫਿਰ ਮਨ ਬੱਚਾ ਉਹਦਾ ਅਹੁਦਾ ਵੱਧਦਾ ਹੈ, ਫਿਰ ਉਹ ਜਦੋਂ ਧੁਨਾਂ ਸੁਣਦਾ ਹੈ, ਫਿਰ ਉਹ ਮਨ ਬੱਚਾ ਸੰਤ ਦੀ ਪਦਵੀ 'ਤੇ ਆ ਜਾਂਦਾ। ਗੁਰਬਾਣੀ 'ਚ ਦੱਸਿਆ ਗਿਆ ਵੀ ਸੰਤ ਮਨ ਉਦੋਂ ਬਣਦਾ ਜਦੋਂ ਉਹਨੂੰ ਧੁਨਾਂ ਦੇ ਰੂਪ ਵਿੱਚ ਸਾਜ ਸ਼ਬਦ ਸੁਣਦੇ ਨੇ, ਧੁਨਾਂ ਦੇ ਰੂਪ ਵਿੱਚ। ਉਹ ਫਿਰ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ ਉਹ ਧੁਨਾਂ ਕਿਸ ਤਰ੍ਹਾਂ ਦੀਆਂ ਨੇ, ਇਹ ਵੀ ਦੱਸਿਆ। ਔਰ ਇਹ ਵੀ ਦੱਸਿਆ ਕਿ ਉਹ ਧੁਨਾਤਮਕ ਹੈ, ਅੱਖਰਾਂ ਵਾਲੀਆਂ ਨਹੀਂ ਹੈ। ਜਦੋਂ ਉਹ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਗੁਰਮੰਤਰ ਦ੍ਰਿੜ ਕਰਦੇ ਹਾਂ, ਸਾਨੂੰ ਸੁਣਦੀਆਂ ਨੇ, ਉਦੋਂ ਸਾਡਾ ਮਨ ਸੰਤ ਪਦਵੀ 'ਤੇ ਹੁੰਦਾ। ਤਾਂ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਫਿਰ ਉਸ ਤੋਂ ਬਾਅਦ ਧੁਨਾਂ ਸੁਣਦੀਆਂ ਨੇ ਨਾਲ, ਫਿਰ ਉਹ ਲਗਾਤਾਰ ਸੁਣਨ ਲੱਗ ਜਾਂਦੀਆਂ। ਫਿਰ ਨਾਲ ਅੰਮ੍ਰਿਤ ਰਸ ਆਉਂਦਾ ਹੈ, ਖੁਸ਼ਬੂਆਂ ਆਉਂਦੀਆਂ ਨੇ। ਫਿਰ ਮਨ ਦੀ ਅਵਸਥਾ ਵੱਧਦੀ ਵੱਧਦੀ ਸੰਤ ਤੋਂ ਬਾਅਦ ਫਿਰ ਮਨ ਸਾਡਾ ਸਾਧੂ ਬਣਦਾ, ਫਿਰ ਸਾਧੂ ਤੋਂ ਬਾਅਦ ਭਗਤ ਬਣਦਾ, ਫਿਰ ਬ੍ਰਹਮ ਗਿਆਨੀ ਬਣਦਾ, ਫਿਰ ਬ੍ਰਹਮ ਗਿਆਨੀ। ਇਹਨਾਂ ਦੇ ਵਿੱਚੋਂ ਇੱਕ ਡਿਊਟੀ ਹੋਰ ਹੈ ਜੋ ਮਾਲਕ ਨੂੰ ਲੋੜ ਪਈ ਅਤੇ ਉਹਨਾਂ ਨੇ ਖਾਲਸਾ ਸਾਜਿਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਖਾਲਸਾ ਹੁੰਦਾ ਕਦੀ ਕਿਸੇ ਨਾਲ ਧੋਖਾ ਨਹੀਂ ਕਰਦਾ, ਫਰੇਬ ਨਹੀਂ ਕਰਦਾ, ਠੱਗੀ ਨਹੀਂ ਮਾਰਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਉਹ ਬੜਾ ਹੀ ਸੋਹਣਾ ਇੱਕ ਜੀਵਨ ਬਤੀਤ ਕਰਦਾ। ਉਹ ਮਾਲਕ 'ਤੇ ਭਰੋਸਾ ਰੱਖਦਾ, ਮਾਲਕ ਤੋਂ ਮੰਗਦਾ। ਥਾਂ ਥਾਂ ਦਾ ਮੰਗਤਾ ਨਹੀਂ ਹੁੰਦਾ, ਉਹ ਦਰ ਦਰ ਦਾ ਮੰਗਤਾ ਨਹੀਂ ਹੁੰਦਾ, ਇੱਕ ਦਰ ਦਾ ਮੰਗਤਾ ਹੁੰਦਾ। ਹੁਣ ਸਟੇਜ ਵੱਧਦੀ ਗਈ, ਮਾਲਕ ਨੇ ਦੇਖਿਆ ਕਿ ਇਹ ਬੱਚੇ ਦਾ ਅਹੁਦਾ ਵੱਡਾ ਹੋਰ ਕੀਤਾ ਜਾਵੇ, ਤਾਂ ਫਿਰ ਉਸੇ ਬੱਚੇ ਨੂੰ ਸੰਤ ਸਿਪਾਹੀ ਬਣਾ ਦਿੱਤਾ ਜਾਂਦਾ।
ਕੀ ਬਣਾ ਦਿੱਤਾ ਜਾਂਦਾ ਹੈ? ਸੰਤ ਸਖਤ ਡਿਊਟੀ, ਬੜੀ ਸਖਤ ਡਿਊਟੀ ਸਿਪਾਹੀ ਦੀ, ਉਹ ਡਿਊਟੀ ਫਿਰ ਨਾਲ ਲੈਣੀ ਸ਼ੁਰੂ ਕਰ ਦਿੰਦਾ ਮਾਲਕ। ਮਨ ਦਾ ਕੰਮ ਆ ਦਰ 'ਤੇ ਬੈਠਣਾ, ਸੋ ਦਰ ਕਿਹਾ ਸੋ ਕਰਕੇ ਹੈ ਜਿਤ ਵਿੱਚ ਸਭ ਸੰਭਾਲੇ। ਨਿਸ਼ਾਨੀ ਦੱਸਦੀ ਉੱਥੇ ਇੱਕ ਨਹੀਂ ਦੋ ਨਹੀਂ ਅਸੰਖਾਂ ਦੀ ਗਿਣਤੀ ਵਿੱਚ ਨਾ ਦਵਾਈ ਦਿੰਦੇ। ਹੁਣ ਉਹ ਦਰ ਦੇ ਉੱਤੇ ਮਨ ਬੱਚਾ ਜਦੋਂ ਬੈਠਦਾ ਹੈ ਅਤੇ ਮਾਲਕ ਫਿਰ ਉਸ ਮਨ ਬੱਚੇ ਦੀ ਡਿਊਟੀ ਲੈਂਦਾ ਉਹਦੇ ਤੋਂ ਸੂਖਮ ਰੂਪ ਦੇ ਵਿੱਚ। ਕਿਵੇਂ ਜੀ? ਸੂਖਮ ਰੂਪ ਦੇ ਵਿੱਚ ਤੁਸੀਂ ਪਏ ਹੋਵੋਗੇ, ਅਗਲੇ ਦਿਨ ਤੁਹਾਨੂੰ ਫੋਨ ਆਏਗਾ ਜੀ ਤੁਸੀਂ ਮੈਨੂੰ ਮਿਲੇ ਸੀ ਅਤੇ ਉਹ ਮਾਲਕ ਨੇ ਡਿਊਟੀ ਲਈ, ਸੂਖਮ ਰੂਪ ਦੇ ਵਿੱਚ ਮਾਲਕ ਨੇ ਉੱਥੇ ਭੇਜਿਆ, ਜਾਂ ਹੈਲਪ ਕਰਾਈ ਕਿਸੇ ਦੀ, ਜਾਂ ਕਿਸੇ ਨੂੰ ਬਚਾਇਆ, ਜਾਂ ਕਿਸੇ ਮਾਲਕ ਵੱਲੋਂ ਖਜ਼ਾਨਾ ਦਿੱਤਾ ਹੋਇਆ ਖਜ਼ਾਨਾ ਪਹੁੰਚਾਇਆ। ਇਹ ਡਿਊਟੀ ਫਿਰ ਸੰਤ ਸਿਪਾਹੀ ਦੀ ਬਣਦੀ ਹੈ। ਕਿਹਦੀ ਬਣਦੀ ਹੈ? ਸਿਪਾਹੀ। ਉਸ ਤੋਂ ਬਾਅਦ ਫਿਰ ਇੱਕ ਡਿਊਟੀ ਹੋਰ ਬਣਦੀ ਹੈ, ਉਹ ਸਿੱਖ ਫਿਰ ਗੁਰੂ ਬਣ ਜਾਂਦਾ। ਕੀ ਬਣ ਜਾਂਦਾ? ਗੁਰੂ, ਸਿੱਖ ਗੁਰੂ ਹੈ, ਗੁਰੂ ਸਿੱਖ ਹੈ, ਇੱਕੋ ਉਪਦੇਸ਼ ਚਲਾਏ, ਇੱਕੋ ਹੀ ਉਪਦੇਸ਼ ਆ, ਕਥ ਕਹਾਣੀ ਕਰਨੀ, ਸਿਮਰਨ ਕਰਨਾ ਅਤੇ ਕਰਾਉਣਾ, ਇਹ ਡਿਊਟੀ ਬਣ ਜਾਂਦੀ। ਫਿਰ ਉਸ ਤੋਂ ਬਾਅਦ ਮਨ ਜਦੋਂ ਮਾਲਕ ਦੇ ਸ਼ਬਦ ਵਿੱਚ ਸਮਾ ਕੇ ਸਨਮੁੱਖ ਹੋ ਜਾਂਦਾ, ਉਹਨੂੰ ਫਿਰ ਇੱਕ ਡਿਊਟੀ ਹੋਰ ਦਿੱਤੀ ਜਾਂਦੀ ਹੈ, ਉਹ ਸਤਿਗੁਰ ਦੀ ਡਿਊਟੀ ਹੈ। ਕਿਹਦੀ ਡਿਊਟੀ ਹੈ ਜੀ? ਸਤਿਗੁਰ ਦੀ ਡਿਊਟੀ। ਹੁਣ ਜਿਹੜਾ ਮਨ ਬੱਚਾ ਸਤਿਗੁਰ ਰੂਪ ਹੋ ਕੇ ਮਾਲਕ ਦੇ ਐਂ ਸਾਹਮਣੇ ਬੈਠਾ, ਮਾਲਕ ਦੇ ਸਨਮੁੱਖ ਬੈਠਾ, ਆਪਾਂ ਨੂੰ ਇਸ ਤਰ੍ਹਾਂ ਦੇ ਗੁਰਮੁਖਾਂ ਦਾ ਸਹਿਯੋਗ ਮਿਲਦਾ ਅਤੇ ਉਹ ਸਾਨੂੰ ਕੀ ਕਹਿੰਦੇ? ਕਹਿੰਦੇ ਤੁਸੀਂ ਸਾਡੇ ਨਾਲ ਨਹੀਂ ਜੁੜਨਾ, ਤੁਸੀਂ ਮਾਲਕ ਨਾਲ ਜੁੜਨਾ, ਤੁਸੀਂ ਗੁਰਮੰਤਰ ਦ੍ਰਿੜ ਕਰਨਾ, ਤੁਸੀਂ ਨਾਮ ਨੂੰ ਪਛਾਣਨਾ, ਸੁਣ ਸੁਣ ਕੇ ਨਾਮ ਨੂੰ ਉਹਦੇ ਵਿੱਚ ਸਮਾ ਕੇ ਤੁਸੀਂ ਪ੍ਰਕਾਸ਼ਮਾਨ ਆਪਣੇ ਮੂਲ ਕੋਲ ਜਾਣਾ। ਉਹ ਪ੍ਰਕਾਸ਼ਮਾਨ ਰੂਪ ਜੋ ਮੂਲ ਹੈ ਸਾਡਾ, ਉਹ ਸਾਰਿਆਂ ਦਾ ਹੈ, ਉਹ ਸਾਡਾ ਵੀ ਹੈ, ਸਾਡੇ ਵੱਡਿਆਂ ਦਾ, ਗੁਰੂ ਸਾਹਿਬਾਨ ਜੀ ਦਾ, ਭਗਤਾਂ ਦਾ ਵੀ ਹੈ। ਅਸੀਂ ਵੀ ਉਹਦੀ ਔਲਾਦ ਹਾਂ ਅਤੇ ਉਹ ਵੀ ਉਹਦੀ ਔਲਾਦ ਸੀ, ਉਹ ਵੀ ਉਹਨਾਂ ਦੇ ਬੱਚੇ ਸੀ, ਆਗਿਆਕਾਰੀ ਪੁੱਤ ਸੀ, ਆਪਾਂ ਨਲਾਇਕ ਬੱਚੇ ਬਣ ਗਏ। ਥੋੜ੍ਹੀ ਜਿਹੀ ਸੋਝੀ ਆਈ ਸੰਗਤ ਵਿੱਚ ਆ ਕੇ, ਆਪਾਂ ਸੋਚਿਆ ਵੀ ਆਪਾਂ ਵੀ ਥੋੜ੍ਹਾ ਜਿਹਾ ਮਾਲਕ ਆਪਦੇ ਪਿਤਾ ਦੇ ਹੁਕਮ ਵਿੱਚ ਚੱਲੀਏ, ਆਪਾਂ ਵੀ ਕੋਸ਼ਿਸ਼ ਕਰੀਏ ਵੀ ਮਾਲਕ ਸਾਨੂੰ ਵੀ ਆਪਦੇ ਆਗਿਆਕਾਰੀ ਪੁੱਤ ਬਣਾ ਲਾ, ਆਪਦੇ ਹੁਕਮ ਵਿੱਚ ਰੱਖ, ਹੁਕਮ ਤੋਂ ਬਾਹਰ ਨਾ ਜਾਣ ਦੇ। ਹੁਣ ਗੁਰਮੁਖ ਪਿਆਰਿਓ, ਇਸ ਤਰ੍ਹਾਂ ਦਾ ਜਿਹੜਾ ਗੁਰਮੁਖ ਹੁੰਦਾ ਹੈ ਮਨ ਬੱਚਾ, ਉਹ ਸ਼ਬਦ ਵਿੱਚ ਸਮਾ ਕੇ, ਸ਼ਬਦ ਵਿੱਚ ਸਮਾ ਕੇ ਗੁਫਾ ਦੇ ਵਿੱਚ ਦੀ ਟਰੈਵਲ ਕਰਦਾ ਹੋਇਆ ਪ੍ਰਕਾਸ਼ ਵਿੱਚ ਚਲਾ ਜਾਂਦਾ। ਜਦੋਂ ਪ੍ਰਕਾਸ਼ ਵਿੱਚ ਚਲਾ ਜਾਂਦਾ ਉੱਥੇ ਫਿਰ ਜੋ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਸਹਿਜ ਗੁਫਾ ਮੈਂ ਆਸਣ ਬੰਨ੍ਹਿਆ, ਸਹਿਜ ਗੁਫਾ ਦੇ ਵਿੱਚ ਉਹ ਗੁਫਾ ਹੈ। ਉਹ ਗੁਫਾ ਦੇ ਜਦੋਂ ਅਸੀਂ ਬੰਦ ਕਰਕੇ ਨੇਤਰ ਦੇਖਦੇ ਹਾਂ, ਇੱਕ ਗੁਫਾ ਬਣਦੀ, ਉਹਦੇ ਵਿੱਚ ਫਿਰ ਸਾਡੀ ਸੁਰਤੀ ਨੇ, ਮਨ ਨੇ ਜਾਣਾ। ਉਹ ਜਦੋਂ ਗੁਫਾ ਦੇ ਵਿੱਚ ਐਂਟਰੀ ਕਰੇਗਾ ਅਤੇ ਐਂ ਲੰਮੀ ਨਜ਼ਰ ਦੇਖੇਗਾ ਅਤੇ ਉਹਨੂੰ ਦੂਰ ਇੱਕ ਚਾਨਣ ਦਿਖਾਈ ਦੇਗਾ ਗੁਫਾ ਦੇ ਐਂਡ 'ਤੇ ਜਾ ਕੇ। ਉੱਧਰ ਨੂੰ ਜਾਂਦਾ ਹੋਇਆ ਉਹ ਪ੍ਰਕਾਸ਼ ਵਿੱਚ ਚਲਾ ਜਾਂਦਾ। ਉੱਥੇ ਭਗਤ ਸੰਗ ਪ੍ਰਭ ਗੋਸ਼ਟ ਕਰਤ, ਭਗਤ ਸੰਗ ਪ੍ਰਭ ਗੋਸ਼ਟ ਕਰਤ ਅਤੇ ਹਰਖ ਨਾ ਸੋਗ ਨਾ ਜਨਮ ਨਾ ਮਰਤ, ਉਹ ਉੱਥੇ ਜਾ ਕੇ ਗੱਲ ਹੁੰਦੀ। ਇੱਧਰ ਗੁਰੂ ਨੇ
ਸੱਚ ਨੂੰ ਦਿਖਾਉਣਾ ਹੈ। ਕੀ ਕਰਨਾ ਜੀ? ਦੇਖੋ ਅਨਹਦ ਬਾਣੀ ਦਾ ਭੇਦ ਸੰਤ ਨੇ ਦੇਣਾ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਕੁੰਜੀ ਦਾ ਮਤਲਬ ਕਿ ਵੀ ਉਹ ਭੇਦ ਦੇਣਾ। ਫਿਰ ਦੂਸਰੀ ਕੁੰਜੀ ਕਹਿੰਦੇ ਕੋਲ ਆ, ਗੁਰੂ ਕੋਲ। ਫਿਰ ਉਹ ਗੁਰੂ ਨੇ ਕੁੰਜੀ ਲਾਉਣੀ ਹੈ। ਗੁਰ ਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਓਨੀ ਦੇਰ ਮਨ ਦਾ ਭੁਲੇਖਾ ਨਹੀਂ ਜਾਂਦਾ ਜਿੰਨੀ ਦੇਰ ਗੁਰੂ ਕੁੰਜ ਨਹੀਂ ਲਾਉਂਦਾ। ਹੁਣ ਗੁਰੂ ਨੇ ਕੁੰਜੀ ਲਾਈ, ਪਰਦਾ ਪਾਸੇ ਕਰ ਦਿੱਤਾ, ਪਰਦਾ ਪਾਸੇ ਕਰ ਦਿੱਤਾ। ਗੁਰੂ ਨੇ ਕੁੰਜੀ ਜੁਗਤੀ ਲਵਾਈ ਤਾਂ ਜੋਤ, ਮਨ ਦੀ ਜੋਤ ਦਿਖਾਈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਜਦੋਂ ਗੁਰੂ ਨੇ ਉਹ ਜੋਤ ਦਿਖਾਈ, ਮਨ ਦੀ ਜੋਤ ਦਿਖਾਈ, ਅਤੇ ਮਨ ਨੇ ਦੇਖਿਆ ਵੀ ਹਰੀ ਤਾਂ ਮੇਰੇ ਨਾਲ ਹੀ ਆ, ਕਿਉਂਕਿ ਮਨ ਬੱਚਾ ਉਹਦੇ ਵਰਗਾ ਹੀ ਆ, ਪ੍ਰਕਾਸ਼ਮਾਨ ਪਿਤਾ ਵਰਗਾ। ਅਤੇ ਉਹ ਫਿਰ ਮਨ ਬੱਚਾ ਮਾਲਕ ਨੂੰ ਨਾਲ ਨਾਲ ਦੇਖਦਾ ਜਦੋਂ ਜੋਤ ਪ੍ਰਗਟ ਹੋ ਜਾਂਦੀ। ਜਿੰਨੀ ਦੇਰ ਜੋਤ ਪ੍ਰਗਟ ਨਹੀਂ ਹੁੰਦੀ ਓਨੀ ਦੇਰ ਮਿਲਾਪ ਨਹੀਂ ਹੈਗਾ। ਆਪਾਂ ਜੋਤ ਬਾਰੇ ਗੁਰਬਾਣੀ ਵਿੱਚ ਪੜ੍ਹਦੇ ਹਾਂ, ਮਹਾਂ ਉਧਿਆਨ ਮੇਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਸਭ ਮੈਂ ਜੋ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜਦੋਂ ਜੋਤ ਪ੍ਰਗਟ ਹੋਈ, ਮਨ ਦੇਖਿਆ, ਫਿਰ ਮਨ ਨੇ ਜਦੋਂ ਲੰਮੀ ਨਜ਼ਰ ਦੇਖੀ ਤਾਂ ਮਾਲਕ ਦੇ ਜਰੇ ਜਰੇ ਵਿੱਚ ਜੋ ਮਾਲਕ ਉਹਦੇ ਦਰਸ਼ਨ ਹੋਏ। ਫਿਰ ਹਰ ਜਗ੍ਹਾ ਦੇਖਿਆ, ਭੁਲੇਖਾ ਨਿਕਲ ਗਿਆ। ਅਤੇ ਦੂਸਰੀ ਕੁੰਜੀ ਕਿਹਨੇ ਲਾਈ? ਫਿਰ ਗੁਰੂ ਨੇ ਲਾਈ। ਤੀਸਰੀ ਕੁੰਜੀ ਕਹਿੰਦੇ ਕੋਲ? ਸਤਿਗੁਰ ਕੋਲ। ਅਤੇ ਜਦੋਂ ਸਤਿਗੁਰ ਨੇ ਕੁੰਜੀ ਲਾਈ, ਉਹਨੇ ਕੀ ਕੀਤਾ? ਸਾਡਾ ਗੁੱਟ ਫੜਿਆ, ਸਾਡਾ ਹੱਥ ਫੜਿਆ, ਸਾਨੂੰ ਕਲਵੱਕੜੀ 'ਚ ਉੱਤੋਂ ਦੀ, ਮੋਢੇ ਦੇ ਉੱਤੋਂ ਦੀ ਹੱਥ ਐਂ ਪਾ ਕੇ ਉਹ ਗੁਫਾ ਦੇ ਵਿੱਚ ਦੀ ਲੈ ਗਿਆ ਸਾਹਮਣੇ, ਮਾਲਕ ਦੇ ਕੋਲ ਜਾ ਕੇ, ਅਤੇ ਨਾਲ ਮਾਲਕ ਨਾਲ ਮਿਲਾ ਦਿੱਤਾ। ਉਹਦੇ ਬਾਰੇ ਫਿਰ ਗੁਰਬਾਣੀ 'ਚ ਦੱਸਿਆ, ਸਤਿਗੁਰ ਹੱਥ ਕੁੰਜੀ। ਦੇਖੋ ਕਿੰਨਾ ਕਲੀਅਰ, ਸਤਿਗੁਰ ਹੱਥ ਕੁੰਜੀ, ਸਤਿਗੁਰ ਹੱਥ ਕੁੰਜੀ, ਹੋਰ ਤਾਂ ਦਰ ਖੁੱਲ੍ਹੇ ਨਹੀਂ ਗੁਰ ਪੂਰੇ ਭਾਗ ਮਿਲਾਵਣਿਆ। ਕਹਿੰਦੇ ਹੋਰ ਤੋਂ ਦਰ ਨਹੀਂ ਖੁੱਲ੍ਹਣਾ, ਸਤਿਗੁਰ ਲੈ ਕੇ ਜਾਏਗਾ ਅਤੇ ਮਾਲਕ ਦੇਖੇਗਾ ਕਿ ਇਹ ਮੇਰਾ ਬੱਚਾ ਜਿਹੜਾ ਮੇਰੇ ਸਨਮੁੱਖ ਰਹਿੰਦਾ ਉਹ ਬੱਚਾ ਲੈ ਕੇ ਆਇਆ ਇਹਨੂੰ, ਅਤੇ ਮਾਲਕ ਨੇ ਦਰ ਖੋਲ੍ਹ ਦੇਣਾ ਅਤੇ ਸਤਿਗੁਰ ਨੇ ਅੰਦਰ ਭੇਜ ਦੇਣਾ, ਚੱਲ ਵੀ ਮਹਿਲ ਦੇ ਵਿੱਚ ਪਿਤਾ ਦੇ ਕੋਲ। ਦੇਖੋ ਕਿੰਨਾ ਕਲੀਅਰ ਆ, ਕਿੰਨੀ ਸੋਹਣੀ ਤਰਤੀਬ ਦਿੱਤੀ ਹੋਈ ਆ। ਅਤੇ ਆਪਾਂ ਸ਼ੰਕਿਆਂ 'ਚ ਨਹੀਂ ਪੈਣਾ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਪ੍ਰਚਾਰ ਕਰਨਾ, ਠੀਕ ਹੈ ਜੀ? ਗੁਰਬਾਣੀ ਤੋਂ ਸਾਨੂੰ ਕੋਈ ਪਿੱਛੇ ਮੋੜੇ ਅਸੀਂ ਨਹੀਂ ਮੁੜਨਾ, ਅਸੀਂ ਕੱਟੜਪੁਣੇ 'ਚ ਨਹੀਂ ਪੈਣਾ। ਜੋ ਗੁਰਬਾਣੀ ਗੁਰੂ ਕਹਿ ਰਿਹਾ ਸੀ ਤਾਂ ਉਹਦੇ ਮੁਤਾਬਕ ਚੱਲਣਾ। ਸਾਡਾ ਗੁਰੂ ਸਾਨੂੰ ਦੱਸਣ ਵਾਲਾ ਬੈਠਾ, ਸਾਨੂੰ ਹੋਰ ਕਿਸੇ ਤੋਂ ਮਤ ਲੈਣ ਦੀ ਲੋੜ ਨਹੀਂ। ਕੌਣ ਬੈਠੇ ਨੇ? ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 36 ਗੁਰਮੁਖ ਬੈਠੇ। ਜਦੋਂ ਇੰਨਾ ਭੇਦ ਉਹ ਦੇ ਰਿਹਾ ਜਿਹਦਾ ਮਨ ਸੁੱਤਾ ਹੈ ਤ੍ਰੈਗੁਣਾਂ ਦੇ ਵਿੱਚ, ਅਸੀਂ ਉਹਦੇ ਤੋਂ ਗਿਆਨ ਲਈਏ? ਉਹ ਸਾਨੂੰ ਤਾਂ ਥੱਲੇ ਲੈ ਕੇ ਜਾਏਗਾ, ਉੱਪਰ ਤਾਂ ਲਿਜਾਏਗਾ ਨਹੀਂ। ਇਸ ਕਰਕੇ ਅਸੀਂ ਉਹਨਾਂ ਦਾ ਸੰਗ ਕਰਨਾ ਜਿਹੜੇ ਸਾਨੂੰ ਉੱਪਰ ਲੈ ਜਾਣ। ਕਿੱਥੇ ਲੈ ਜਾਣ ਜੀ? ਉੱਪਰ ਲੈ ਜਾਣ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਸੀ। ਉੱਚੀ ਜਗ੍ਹਾ 'ਤੇ ਚਲੇ ਜਾਓ। ਉੱਚੀ ਜਗ੍ਹਾ ਕਿਹੜੀ ਆ? ਸਾਡਾ ਸਿਰ।
ਸਿਰ ਤੋਂ ਵੀ ਉੱਪਰ ਚਲੇ ਜਾਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਕਿੱਥੇ ਮੰਨੋ, ਮਾਲਕ ਨੂੰ ਕਿੱਥੇ ਮੰਨੋ? ਕਹਿੰਦੇ ਮਾਲਕ ਨੂੰ ਮੰਨੋ ਤੁਸੀਂ ਸਿਰ ਤੋਂ ਉੱਪਰ। ਰੱਬ ਕੀ ਰਜਾ ਮੰਨੇ, ਸਿਰ ਉੱਪਰ ਕਰਤਾ ਮੰਨੇ, ਸਿਰ ਉੱਪਰ ਕਰਤਾ ਆਪ ਗਵਾਵੇ। ਰੱਬ ਕੀ ਰਜਾ ਮੰਨੇ, ਸਿਰ ਉੱਪਰ ਕਰਤਾ ਮੰਨੇ, ਆਪ ਗਵਾਏ। ਹੁਣ ਆਪਾਂ ਕਿਵੇਂ ਉੱਪਰ ਮੰਨਣਾ? ਸੁਰਤੀ ਦੁਆਰਾ ਉੱਪਰ ਜਾਣਾ। ਕਿਹਦੇ ਦੁਆਰਾ ਜਾਣਾ? ਸੁਰਤੀ ਦੁਆਰਾ। ਔਰ ਅੱਗੇ ਕਿਹਨੇ ਜਾਣਾ? ਅੱਗੇ ਜਾਣਾ ਸਾਡੇ ਜਿਹੜਾ ਮਨ ਦਾ ਗੁਰੂ, ਸ਼ਬਦ ਗੁਰੂ ਆ। ਉਹ ਸ਼ਬਦ ਗੁਰੂ ਧੁਨ ਦੇ ਰੂਪ ਵਿੱਚ ਆ, ਉਹ ਸੱਚਾ ਸ਼ਬਦ ਹੈ, ਉਹਨੂੰ ਸੱਚੀ ਬਾਣੀ ਕਹਿੰਦੇ ਨੇ। ਮਾਲਕ ਦੇ ਮੁੱਖ ਦੀ ਵਾਰ, ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੇ ਕਿਹਨੇ ਪਛਾਣੀ। ਸੱਚੇ ਸ਼ਬਦ ਰੱਤੇ ਬੈਰਾਗੀ, ਆਵਣ ਜਾਨ ਰਿਹਾਈ ਹੈ। ਆਵਾਗਾਉਣ ਦੇ ਚੱਕਰ ਤੋਂ ਸਾਡਾ ਮਨ ਰਿਹਾ ਹੋ ਜਾਏਗਾ, ਕਾਲ ਦੇ ਬੰਦੀ ਖਾਨੇ 'ਚੋਂ ਰਿਹਾ ਹੋ ਜਾਏਗਾ, ਜੰਮਣ ਮਰਨ ਖੰਡਨ ਕਰ ਲਏਗਾ ਅਤੇ ਮਾਲਕ ਕੋਲ ਚਲਾ ਜਾਏਗਾ ਅਤੇ ਕਾਲ ਦੇ ਬੰਦੀ ਖਾਨੇ 'ਚੋਂ ਆਜ਼ਾਦ ਹੋ ਜਾਏਗਾ। ਕਾਲ ਨਹੀਂ ਚਾਹੁੰਦਾ ਕਿ ਇਹ ਮੇਰੇ ਬੰਦੀ ਖਾਨੇ 'ਚੋਂ ਨਿਕਲੇ, ਆਜ਼ਾਦ ਹੋ ਜਾਏ। ਕਾਲ ਨੇ ਸਾਨੂੰ ਰੁਕਾਵਟਾਂ ਪਾਉਣੀਆਂ ਨੇ, ਬੜੀਆਂ ਰੁਕਾਵਟਾਂ ਪਾਉਣੀਆਂ ਨੇ। ਇਹੋ ਜਿਹੀਆਂ ਰੁਕਾਵਟਾਂ ਪਾਉਣੀਆਂ, ਤੁਸੀਂ ਦੰਗ ਰਹਿ ਜਾਓਗੇ ਸੁਣ ਕੇ ਵੀ ਹਾਂ ਇਸ ਤਰ੍ਹਾਂ ਦੀ। ਇਸ ਕਰਕੇ ਆਪਾਂ ਉਹਨਾਂ ਰੁਕਾਵਟਾਂ ਦੀ ਪਰਵਾਹ ਨਹੀਂ ਕਰਨੀ। ਕਾਲ ਸਰੀਰ 'ਚ ਰੋਗ ਪੈਦਾ ਕਰ ਸਕਦਾ, ਥੋੜ੍ਹੇ ਜਿਹੇ ਸਮੇਂ ਲਈ ਤੁਸੀਂ ਸਿਮਰਨ ਨਹੀਂ ਛੱਡਣਾ। ਸਿਮਰਨ ਛੱਡ ਕੇ ਬਹਿ ਗਏ, ਕਾਲ ਤਾਂ ਖੁਸ਼ ਹੋ ਗਿਆ ਵੀ ਮੈਂ ਤਾਂ ਇਹੀ ਚਾਹੁੰਦਾ ਸੀ। ਅਤੇ ਪੈਸਿਆਂ 'ਚ ਕਮੀ ਆ ਗਈ ਥੋੜ੍ਹੇ ਜਿਹੇ ਸਮੇਂ ਲਈ, ਅਸੀਂ ਬਹਿ ਗਏ ਘਰੇ, ਸਿਮਰਨ ਛੱਡਤਾ, ਤੂੰ ਖੁਸ਼, ਉਹ ਚਾਹੁੰਦਾ ਵੀ ਸਿਮਰਨ ਛੱਡੇ। ਅਤੇ ਘਰ 'ਚ ਕਲੇਸ਼ ਪੈ ਗਿਆ, ਆਪਾਂ ਕਿਹਾ ਵੀ ਸਿਮਰਨ ਵੀ ਕਰਦੇ ਹਾਂ, ਪਾਠ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਘਰ 'ਚ ਫਿਰ ਕਲੇਸ਼, ਆਪਾਂ ਬਹਿ ਗਏ ਘਰੇ, ਉਹ ਖੁਸ਼। ਅਸੀਂ ਉਹਨੂੰ ਖੁਸ਼ ਨਹੀਂ ਹੋਣ ਦੇਣਾ, ਅਸੀਂ ਸਿਮਰਨ ਨਹੀਂ ਛੱਡਣਾ, ਭਾਵੇਂ ਜੋ ਮਰਜ਼ੀ ਹੋ ਜਾਵੇ, ਚਾਹੇ ਸਰੀਰ ਨੂੰ ਜੋ ਮਰਜ਼ੀ ਹੋ ਜਾਵੇ, ਚਾਹੇ ਘਰ ਦੇ ਵਿੱਚ ਜਿੰਨਾ ਮਰਜ਼ੀ ਕਲੇਸ਼ ਕੋਈ ਪਾ ਦੇਵੇ, ਚਾਹੇ ਪੈਸੇ 'ਚ ਕਮੀ ਆ ਜਾਵੇ, ਮੰਗਣਾ ਵੀ ਪੈ ਜਾਵੇ, ਹਾਂਜੀ ਗੁਰੂ ਘਰੇ ਜਾ ਕੇ ਲੰਗਰ ਛਕਣਾ ਪੈ ਜਾਵੇ, ਅਨਾਜ ਵੀ ਨਾ ਕਰੇ ਹੋਵੇ, ਪਰ ਸਿਮਰਨ ਨਹੀਂ ਛੱਡਣਾ। ਕਾਲ ਇੱਥੋਂ ਤੱਕ ਤੰਗ ਕਰਦਾ, ਦੁਖੀ ਕਰਦਾ, ਕਾਲ ਸਾਨੂੰ ਦੁੱਖ ਦਿੰਦਾ, ਕਾਲ ਪੰਜਾਂ ਦੇ ਰਾਹੀਂ ਦੁੱਖ ਦਿੰਦਾ, ਹਾਂਜੀ। ਅਤੇ ਅਸੀਂ ਪਰਵਾਹ ਨਹੀਂ ਕਰਨੀ, ਜੇ ਅਸੀਂ ਫਿਕਰ ਕਰ ਗਏ ਸਿਮਰਨ ਛੱਡਤਾ ਤਾਂ ਸਮਝ ਲਓ ਅਸੀਂ ਰਸਤੇ 'ਚ ਰੁਕ ਗਏ। ਅਤੇ ਹੁਣ ਮੌਕਾ ਹੈ, ਰਸਤੇ 'ਚ ਨਹੀਂ ਰੁਕਣਾ, ਅੱਗੇ ਵਧਣਾ, ਆਪਣੇ ਪਿਤਾ ਦੀ ਬੁੱਕਲ ਵਿੱਚ ਜਾਣਾ, ਮਹਾਰਾਜ ਤੋਂ ਥਾਪੀ ਲੈਣੀ ਆ, ਸ਼ਾਬਾਸ਼ੇ ਲੈਣੀ ਆ। ਅਤੇ ਜੇ ਮਾਲਕ ਤੋਂ ਸ਼ਾਬਾਸ਼ੇ ਲੈਣੀ ਆ ਨਾ, ਫਿਰ ਦੁਨੀਆਂ ਦੀ ਪਰਵਾਹ ਨਾ ਕਰਿਓ। ਦੁਨੀਆਂ ਨੇ ਕਿਸੇ ਨੂੰ ਬਖਸ਼ਿਆ ਨਹੀਂ, ਆਪਾਂ, ਮੈਂ ਤੁਹਾਡੇ ਸਾਹਮਣੇ ਖੜਾਂ, ਤੁਸੀਂ ਕਿੰਨੇ ਗੁਰਮੁਖ ਬੈਠੇ ਹੋ, ਆਪਣਾ ਲਾਈਵ ਚੱਲਦਾ ਪਿਆ, ਸੰਗਤ ਸੁਣਦੀ ਪਈ ਹੈ। ਕੋਈ ਵੀ ਹੱਥ ਖੜਾ ਕਰਕੇ ਕਹੇ ਵੀ ਭਾਈ ਧਰਮਜੀਤ ਸਿੰਘ ਨੇ ਕਦੀ ਕਿਸੇ ਤੋਂ ਕੋਈ ਪੈਸਾ ਮੰਗਿਆ ਹੋਵੇ, ਕਿਹਾ ਹੋਵੇ ਤੁਹਾਨੂੰ ਵੀ ਇੱਥੇ ਇੱਟ ਸਟਾ ਦਿਓ ਜੀ, ਇੱਥੇ ਸੀਮੈਂਟ ਸਟਾ ਦਿਓ, ਕਦੀ ਨਹੀਂ ਕਿਹਾ, ਨਾ ਕਹਿਣਾ। ਉਹ ਕਰਦਾ, ਉਹ ਕਰਾਉਂਦਾ, ਉਹ ਫੁਰਨਾ ਪਾਉਂਦਾ ਕਿਸੇ ਦੇ, ਆ ਕੇ ਕਰ ਜਾਂਦੇ ਨੇ। ਆਪਾਂ ਨਹੀਂ ਕਰਨਾ, ਆਪਾਂ ਪਿੱਛੇ ਨਹੀਂ ਰਹਿਣਾ, ਰਸਤੇ 'ਚ ਨਹੀਂ ਰੁਕਣਾ।
ਅਤੇ ਜੇ ਆਪਾਂ ਇਸ ਤਰ੍ਹਾਂ ਦੇ ਭੁਲੇਸੇ ਦੇਣ ਲੱਗ ਗਏ ਤਾਂ ਸਮਝ ਲਓ ਰੁਕ ਜਾਵਾਂਗੇ। ਆਪਾਂ ਧੁਰ ਸਿਰੇ ਲੱਗਣਾ ਹੈ, ਕਿੱਥੇ ਜਾਣਾ ਹੈ? ਜਿੱਥੋਂ ਬਾਣੀ ਆਈ ਹੈ, ਜਿੱਥੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਅਤੇ ਜਦੋਂ ਆਪਾਂ ਸਿਰੇ ਲੱਗ ਗਏ ਸਾਡੀ ਵੀ ਚਿੰਤਾ ਮਿਟ ਜਾਏਗੀ। ਧੁਰ ਸਿਰਾ ਕੀ ਹੈ? ਸੱਚ। ਕੌਣ ਆ ਜੀ? ਸੱਚ। ਪ੍ਰਕਾਸ਼ ਹੀ ਪ੍ਰਕਾਸ਼ ਸਾਡਾ ਸਿਰਾ ਹੈ, ਜਿੱਥੋਂ ਅਸੀਂ ਚੱਲੇ ਹਾਂ, ਜਿੱਥੋਂ ਸਾਨੂੰ ਸਾਡੇ ਪਿਤਾ ਨੇ ਪੈਦਾ ਕਰਕੇ ਪੰਜਾਂ ਤੱਤਾਂ ਤੋਂ ਸਾਨੂੰ ਕਾਲ ਨੂੰ ਇੱਕ ਏਰੀਆ ਦਿੱਤਾ, ਉਹ ਵੀ ਮਾਲਕ ਨੇ ਦਿੱਤਾ, ਉਹਦੇ ਵਿੱਚ ਸਾਨੂੰ ਭੇਜਿਆ ਇਮਤਿਹਾਨ ਵਾਸਤੇ, ਟੈਸਟ ਵਾਸਤੇ। ਅਸੀਂ ਉਸ ਟੈਸਟ ਵਿੱਚੋਂ ਪਾਸ ਹੋਣਾ ਹੈ, ਉਸ ਇਮਤਿਹਾਨ ਦੇ ਵਿੱਚੋਂ ਪਾਸ ਹੋਣਾ ਹੈ। ਦੁਨਿਆਵੀ ਜਿਹੜਾ ਮਾਇਆ ਹੈ ਇਹਦੇ ਤੋਂ ਉੱਪਰ ਉੱਠ ਕਰਨਾ, ਇਹਦੀ ਪਰਵਾਹ ਨਹੀਂ ਕਰਨੀ, ਇਹਦੀ ਪਰਵਾਹ ਨਹੀਂ ਕਰਨੀ। ਮੈਂ ਆਪਣੇ ਉਸਤਾਦ ਦੀ ਗੱਲ ਕਰਾਂ ਥੋੜ੍ਹਾ ਜਿਹਾ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕੋਈ ਮੈਨੂੰ ਦੱਸੇ ਕਿਸੇ ਨੇ ਘਰ ਛੱਡਿਆ? 12 ਸਾਲ ਭਾਈ ਸਾਹਿਬ ਨੇ ਘਰ ਛੱਡ ਕੇ ਯੂਪੀ ਦੇ ਜੰਗਲਾਂ 'ਚ ਰਹੇ। ਆਪਣੇ 'ਚ ਕੋਈ ਰਿਹਾ? ਕੋਈ ਨਹੀਂ ਰਿਹਾ। ਸਰੀਰ 'ਤੇ ਤਸ਼ੱਦਦ ਚੱਲਿਆ ਉਸ ਸ਼ੇਰ ਨੇ। ਅਤੇ ਅੱਜ ਕੋਈ ਕਹੇ ਵੀ ਉਹਨਾਂ ਦੇ ਪ੍ਰਚਾਰਕ ਜਾਂ ਉਹ ਪ੍ਰਚਾਰ ਗਲਤ ਕਰਦੇ ਆ, ਇਹ ਗਲਤ ਗੱਲ ਉਹਨਾਂ ਵਾਸਤੇ। ਬਾਣੀ ਨੂੰ ਡੂੰਘੀ ਵਿਚਾਰੋ, ਐ ਨਹੀਂ ਕਹਿਣਾ। ਪਹਿਲਾਂ ਬਾਣੀ ਨੂੰ ਚੰਗੀ ਤਰ੍ਹਾਂ ਸਹਿਜ ਵਿੱਚ ਵਿਚਾਰ ਕੇ ਫਿਰ ਗੱਲ ਕਰੋ। ਪਹਿਲੀ ਗੱਲ ਗੱਲ ਕਰੋ ਹੀ ਨਾ। ਪਹਿਲਾਂ ਇੱਕ ਇੱਧਰ ਕਰਦਿਆਂ ਉਂਗਲ ਆਪਦੇ ਵੱਲ ਵੀ ਆਉਂਦੀਆਂ ਨੇ, ਪਹਿਲਾਂ ਆਪ ਨੂੰ ਵਿਚਾਰੋ। ਟੋਰਚਰ ਭਾਈ ਸਾਹਿਬ ਹੋਏ, ਮੈਂ ਲਟੜਦਾ ਹੁੰਦਾ ਸੀ ਉਹਨਾਂ ਨੂੰ, ਪੱਟਾਂ 'ਤੇ ਖੱਲੀਆਂ ਬਣੀਆਂ ਹੋਈਆਂ ਸੀ, ਛੱਲੀਆਂ, ਇੰਨਾ ਮਾਸ ਇਕੱਠਾ ਹੋਇਆ ਸੀ। ਅਤੇ ਪਰਿਵਾਰ ਨੂੰ ਬੱਚਿਆਂ ਨੂੰ ਛੱਡ ਕੇ ਯੂਪੀ ਦੇ ਜੰਗਲਾਂ 'ਚ ਰਹੇ 12 ਸਾਲ। ਜਿਹੜੇ ਗੱਲਾਂ ਕਰਦੇ ਨੇ ਘਰੋਂ ਨਿਕਲੇ AC ਕਮਰਿਆਂ 'ਚੋਂ ਬਾਹਰ ਕਦੀ ਨਹੀਂ ਨਿਕਲੇ, ਮਖਮਲ ਦੀਆਂ ਚਾਦਰਾਂ 'ਚ ਪਿੰਦਰੇ, ਉਹ ਵਿਚਾਰੇ ਕਮਾ ਦੇ ਵਿੱਚ ਤੁਰੇ ਫਿਰਦੇ ਹੁੰਦੇ ਸੀ। ਹਾਂਜੀ, ਮੈਨੂੰ ਖੁਦ ਦੱਸਿਆ ਇੱਕ ਵਾਰੀ ਦਲਦਲ ਦੇ ਵਿੱਚ ਨਾਲ ਦਾ ਉਹਨਾਂ ਦੇ ਸਿੰਘ ਡਿੱਗ ਪਿਆ, ਅਤੇ ਉਹਨਾਂ ਨੇ ਆਪਦੀਆਂ ਜਸਤਾਰਾਂ ਲਾਹ ਕੇ ਫਟਾਫਟ ਉਹਨੂੰ ਕੱਢਿਆ। ਇੰਨੀ ਕਲਨਾ, ਪਿੱਛੇ ਚਲੇ ਜਾਓ, ਕਿਹੋ ਜਿਹਾ ਸਮਾਂ ਸੀ, ਸਹੂਲਤਾਂ ਤਾਂ ਹੁਣ ਆਈਆਂ ਨੇ, ਅਤੇ ਆਪਾਂ ਕੀ ਕੀਤਾ? ਆਪਾਂ ਤਾਂ ਕੁਛ ਨਹੀਂ ਕੀਤਾ। ਕਹਿ ਦਿੰਦਾ ਅਗਲਾ, ਕਹਿਣਾ ਬੜਾ ਸੌਖਾ, ਕਮਾਉਣਾ ਬੜਾ ਔਖਾ। ਅਤੇ ਉਹ ਕਿਉਂ ਗਏ ਸੀ? ਉਦੋਂ ਗਏ ਸੀ ਜਦੋਂ ਦਰਬਾਰ ਸਾਹਿਬ ਅਟੈਕ ਹੋਇਆ, ਉਹਨਾਂ ਨੂੰ ਰੋਹ ਆਇਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਅਤੇ ਅੱਜ ਉਹਨਾਂ ਬਾਰੇ ਕੋਈ ਗੱਲ ਕਰੇ ਤਾਂ ਗਲਤ ਗੱਲ ਆ। ਪਹਿਲਾਂ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ, ਪਛਾਣ ਲੈਣਾ ਚਾਹੀਦਾ, ਫਿਰ ਸਾਨੂੰ ਦੇਖੋ ਡੂੰਘਾਈ ਇੰਨੀ ਗੁਰਬਾਣੀ 'ਚੋਂ ਦੱਸ ਕੇ। ਸਾਨੂੰ ਤ੍ਰੈ ਗੁਣਾਂ ਦਾ ਭੇਦ ਸੀ? ਨਹੀਂ। ਸਾਨੂੰ ਮਨ ਦਾ ਭੇਦ ਸੀ? ਨਹੀਂ। ਸਾਨੂੰ ਨਾਮ ਦਾ ਸ਼ਬਦ ਦਾ ਭੇਦ ਸੀ? ਨਹੀਂ। ਸਾਨੂੰ ਸੱਚ ਦਾ ਭੇਦ ਸੀ? ਨਹੀਂ। ਸਾਨੂੰ ਨਾਮ ਦਾ ਵੀ ਨਹੀਂ ਭੇਦ ਸੀ, ਸੱਚ ਦਾ ਵੀ ਭੇਦ ਨਹੀਂ ਸੀ, ਤ੍ਰੈ ਗੁਣਾਂ ਦਾ ਭੇਦ ਨਹੀਂ ਸੀ, ਮਨ ਦਾ ਭੇਦ ਨਹੀਂ ਸੀ। ਥਿਰ ਘਰ ਪੜ੍ਹਦੇ ਸੀ, ਪਤਾ ਹੀ ਨਹੀਂ ਸੀ ਕਿੱਥੇ ਆ, ਅਤੇ ਹੁਣ ਐਂ ਬਹਿੰਦੇ ਜਾ ਫਟਾਫਟ ਜਾ ਕੇ ਥਿਰ ਘਰ। ਨਿੱਜ ਘਰ ਮਹਿਲ ਦਾ ਪਤਾ ਸੀ, ਦੱਸ ਦਿੱਤਾ ਉਹਨਾਂ ਨੇ। ਉਹਨਾਂ ਦੀ ਇਹ ਘਾਲਣਾ ਹੈ, ਸਾਨੂੰ ਖੋਜਿਆ ਖਜਾਇਆ ਖਜ਼ਾਨਾ ਮਿਲ ਗਿਆ ਦੁਬਾਰਾ। ਫਿਰ ਪਹਿਲਾਂ ਤਾਂ ਖਜ਼ਾਨਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀਗੇ ਹੀ ਸੀਗੇ, ਪਰ ਅਸੀਂ ਪੜ੍ਹਨ ਤੱਕ ਸੀਮਤ ਸੀ, ਪ੍ਰੈਕਟੀਕਲ ਤਾਂ ਨਹੀਂ ਸੀ, ਨਾ ਸਮਝ ਸੀ। ਉਹਨਾਂ ਨੇ ਜਦੋਂ ਆਣ ਕੇ ਦੁਬਾਰਾ ਇਹ ਖਜ਼ਾਨੇ ਨੂੰ ਦੱਸਿਆ ਵੀ ਭਾਈ ਇਹ ਖਜ਼ਾਨਾ ਆਹ ਕਹਿੰਦਾ,
ਉਹ ਖਜ਼ਾਨੇ ਨੂੰ ਖੋਲ੍ਹ ਕੇ ਸਮਝਾਇਆ ਅਤੇ ਆਪਾਂ ਨੂੰ ਥੋੜ੍ਹੀ 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 ਸਮਝ ਪੈਂਦੀ ਗਈ ਪੈਂਦੀ ਗਈ ਅਤੇ ਅੱਜ ਆਪਾਂ ਦੁਨੀਆ 'ਤੇ ਪ੍ਰਚਾਰ ਕਰਦੇ ਹਾਂ। ਅੱਜ ਆਪਾਂ ਵਰਲਡ 'ਤੇ ਪ੍ਰਚਾਰ ਕਰਦੇ ਹਾਂ, ਕਿੰਦਾ ਕਰਦੇ ਹਾਂ, ਕੋਈ ਕਿਸੇ ਨੂੰ ਵਹਿਮਾਂ ਭਰਮਾਂ 'ਚ ਪਾਉਂਦੇ ਹਾਂ, ਕਹਿੰਦੇ ਹਾਂ ਹਰ ਕਥਾ 'ਚ ਮੂਰਤੀ ਪੂਜਾ ਨਹੀਂ ਕਰਨੀ, ਪੱਥਰ ਦੀ ਪੂਜਾ ਨਹੀਂ ਕਰਨੀ, ਮਰਿਆਂ ਨੂੰ ਨਹੀਂ ਪੂਜਣਾ, ਪਸ਼ੂਆਂ ਨੂੰ ਨਹੀਂ ਪੂਜਣਾ, ਬਿੱਲੀ ਨੰਗ 'ਤੇ ਨਹੀਂ ਰੁਕਣਾ, ਛੇਕਾ 'ਤੇ ਨਹੀਂ ਰੁਕਣਾ। ਦੱਸੋ ਇਹ ਵਹਿਮਾਂ 'ਚ ਪਾ ਰਹੇ ਹਾਂ ਆਪਾਂ? ਸਿਰਫ ਇੱਕ ਦੇ ਓਟ ਆਸਰੇ 'ਤੇ ਖਿਡਾਉਂਦੇ ਹਾਂ ਤੁਹਾਨੂੰ, ਇੱਕ ਦਾ ਰੱਖੋ ਓਟ ਆਸਰਾ, ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਈ। ਇੱਕ ਦਾ ਸਿਮਰਨ ਕਰਦੇ ਹਾਂ, ਇੱਕ ਦਾ ਸਿਮਰਨ ਸੰਗਤ ਨੂੰ ਕਹਿੰਦੇ ਹਾਂ ਤੁਸੀਂ ਵੀ ਕਰੋ, ਫਿਰ ਇੱਕ ਇੱਕ ਗੁਰਮੁਖ 'ਤੇ ਘੰਟਾ ਘੰਟਾ ਲਾ ਕੇ ਵਿਧੀ ਸਮਝਾਉਂਦੇ ਹਾਂ। ਜ਼ੋਰ ਲੱਗਦਾ ਵਾਹਿਗੁਰੂ, ਇਹ ਤਾਂ ਕਿਰਪਾ ਹੀ ਆ ਮਾਲਕ ਦੀ, ਅੱਕਦੇ ਨਹੀਂ ਥੱਕਦੇ ਨਹੀਂ ਕਿ ਭਾਵੇਂ ਕੋਈ ਦਿਹਾੜੀ 'ਚ 10 ਵਾਰੀ ਸਵਾਲ, ਇੱਕੋ ਸਵਾਲ 10 ਵਾਰੀ ਪੁੱਛੇ, ਉਹਨੂੰ ਉਹਦਾ ਜਵਾਬ ਦਿੰਦੇ ਹਾਂ, ਅੱਕਦੇ ਨਹੀਂ। ਇਹ ਕਿਰਪਾ ਹੀ ਆ ਨਾ ਮਾਲਕ ਦੀ, ਇਹ ਸਹਿਜ ਆ। ਕੀ ਆ ਜੀ? ਸਹਿਜ ਬਣਿਆ ਹੋਇਆ ਹੈ, ਅਤੇ ਸਹਿਜ ਵਿੱਚ ਜਾਵਾਂਗੇ ਤਾਂ ਗੱਲ ਬਣਨੀ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ। ਅਤੇ ਜੇ ਤਾਂ ਵਧਾਈਆਂ ਲੈਣੀਆਂ ਸਹਿਜ 'ਚ ਜਾਣਾ ਪਊ, ਅਤੇ ਜੇ ਨਹੀਂ ਲੈਣੀਆਂ ਵਧਾਈਆਂ ਤਾਂ ਫਿਰ ਸਹਿਜ 'ਚੋਂ ਬਾਹਰ ਤੁਰੇ ਹੀ ਫਿਰਦੇ ਹਾਂ ਆਪਾਂ, ਅਤੇ ਤੁਰੇ ਫਿਰਦੇ ਰਹੀਏ। ਸੋ ਕਹਿਣ ਦਾ ਮਤਲਬ ਕਿ ਗੁਰਮੁਖ ਪ੍ਰਚਾਰ ਸਾਰੇ ਭਾਈ ਸਾਹਿਬ ਜੀ ਦੇ ਜਿੰਨੇ ਵੀ ਬੱਚੇ ਨੇ, ਜਿੰਨੀ ਜਿੰਨੀ ਉਹਨਾਂ ਨੂੰ ਖਜ਼ਾਨਾ ਮਿਲਿਆ, ਉਹਨਾਂ ਉਹਨਾਂ ਉਹ ਵਿਚਾਰੇ ਪ੍ਰਚਾਰ ਕਰਦੇ ਨੇ, ਅਤੇ ਉਹਨਾਂ ਦੇ ਵਿੱਚ ਮੈਂ ਵੀ ਹਾਂ। ਮੈਨੂੰ ਵੀ ਕੁਛ ਖਜ਼ਾਨਾ ਮਿਲਿਆ ਉਹਨਾਂ ਵੱਲੋਂ, ਅਤੇ ਮੈਂ ਵੀ ਉਹਨਾਂ ਕੀ ਕਰਦਾ ਜਿੰਨਾ ਕੁ ਮੈਨੂੰ ਮਿਲਿਆ। ਕੋਈ ਕੋਲੋਂ ਗੱਲ ਜੋੜ ਕੇ ਤੁਹਾਨੂੰ ਸੁਣਾਈ ਨਹੀਂ। ਤੁਹਾਨੂੰ ਡਰ, ਜੇ ਕੋਈ ਡਰਦਾ ਬੰਦਾ ਉਹਨੂੰ ਕਹਿੰਦਾ ਡਰਨਾ ਨਹੀਂ, ਮਾਲਕ ਨਾਲ ਆ ਤੇਰੇ, ਸਿਮਰਨ ਕਰਿਆ ਕਰ। ਹਾਂਜੀ, ਹੌਸਲਾ ਦਿੰਦੇ ਹਾਂ, ਦਲੇਰੀ ਦਿੰਦੇ ਹਾਂ, ਅਤੇ ਕਈ ਰਾਤ ਨੂੰ ਡਰੀ ਜਾਣਗੇ, ਇੰਨੀ ਇੰਨੀ ਉਮਰ ਹੋ ਗਈ ਫਿਰ ਵੀ ਡਰਦੇ ਨੇ। ਡਰਨਾ ਨਹੀਂ, ਉਹ ਖਾਲਸਾ ਹੀ ਕਹਦਾ ਜਿਹੜਾ ਡਰ ਗਿਆ। ਹਾਂਜੀ, ਖਾਲਸਾ ਉਦੋਂ ਬਣਦਾ ਜਦੋਂ ਮਾਲਕ ਨੂੰ ਮਿਲ ਲੈਂਦਾ, ਜੋਤ ਪ੍ਰਕਾਸ਼ ਹੋ ਜਾਂਦਾ। ਪੂਰਨ ਜੋਤ ਜਗ੍ਹਾ ਘੱਟ ਮਾਹੇ ਤਬ ਖਾਲਸ ਤਾਹੇ ਨਿਖਾਲਸ ਜਾਣੇ। ਅਤੇ ਜੇ ਅਜੇ ਵੀ ਆਪਾਂ ਰਾਤ ਨੂੰ ਹਨੇਰੇ ਤੋਂ ਡਰਦੇ ਹਾਂ ਤਾਂ ਫਿਰ ਖਾਲਸੇ ਕਿੱਥੇ ਆ? ਹਾਂਜੀ, ਨਾ 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 ਨਾ, ਇਹਦਾ ਮਤਲਬ ਕਿ ਜੋਤ ਪੂਰਾ ਪ੍ਰਕਾਸ਼ ਨਹੀਂ ਹੋਇਆ। ਅਤੇ ਜੇ ਪੂਰਨ ਪ੍ਰਕਾਸ਼ ਹੋ ਜਾਵੇ ਫਿਰ ਡਰ ਨਹੀਂ ਹੈ, ਬੇਪਰਵਾਹ ਕਿ ਜੀ, ਨਿਰਭਉ, ਕੋਈ ਭੈ ਨਹੀਂ ਹੈ। ਕਿਉਂਕਿ ਤੁਸੀਂ ਉਸ ਇਲਾਕੇ 'ਚ ਜਾਂਦੇ ਹੋ ਜਿੱਥੇ ਕੋਈ ਭੈ ਹੀ ਨਹੀਂ ਹੈ, ਜਿੱਥੇ ਕੋਈ ਗਮ ਹੀ ਨਹੀਂ ਹੈ, ਜਿੱਥੇ ਕੋਈ ਟੈਨਸ਼ਨ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਤੁਸੀਂ ਉਸ ਸ਼ਹਿਰ ਵਿੱਚ ਜਾਂਦੇ ਹੋ ਜਿੱਥੇ ਕੋਈ ਗਮ ਹੀ ਨਹੀਂ ਹੈ। ਅਤੇ ਉਹ ਬੇਗਮਪੁਰਾ ਸ਼ਹਿਰ ਕਿੱਥੇ ਆ? ਉਹੀ ਸਿਰ ਤੋਂ ਉੱਪਰ, ਸਿਰ ਤੋਂ ਜਦੋਂ ਉੱਥੇ ਜਾਣਾ ਹੈ ਅਤੇ ਅੱਗੇ ਕਿਹਨੂੰ ਰੱਖਣਾ ਹੈ? ਗੁਰੂ ਨੂੰ। ਸ਼ਬਦ ਨੂੰ ਸੁਣਦਿਆਂ ਸੁਣਦਿਆਂ ਆਪਣੇ ਆਪ ਹੀ ਮਾਲਕ ਨੇ ਅੱਗੇ ਲੈ ਜਾਣਾ। ਤੁਸੀਂ ਸ਼ਬਦ ਨੂੰ ਸੁਣੋ, ਅਨਹਦ ਸ਼ਬਦ ਨੂੰ ਬੈਠ ਕੇ ਸੁਣੋ। ਹੁਣ ਜਿਹੜੇ 5 ਸ਼ਬਦ ਨੇ ਉਹ ਧਨਾਤਮਕ ਨੇ, ਮੈਨੂੰ ਗੁਰਮੁਖਾਂ ਨੇ ਕੋਈ ਵਟਸਐਪ 'ਤੇ ਕੋਈ ਭੇਜੀ ਕਿਸੇ ਦੀ ਕਥਾ, ਅਤੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਖੂਨ ਦਾ ਸਰਕਲ ਹੁੰਦਾ, ਚਿੜੀਆਂ ਚੀ ਚੀ ਕਰਦੀਆਂ ਨੇ, ਖੂਨ ਦਾ ਸਰਕਲ ਆ ਜੀ, ਬੰਸਰੀ ਵੱਜਦੀ ਹੈ ਖੂਨ ਦਾ ਸਰਕਲ ਆ ਜੀ, ਅਤੇ ਨਗਾਰਾ ਵੱਜਦਾ, ਦਰਬਾਰ ਸਾਹਿਬ ਤੂਰ ਵੱਜਦਾ। ਹਾਂਜੀ,
ਇਹ ਖੂਨ ਦਾ ਸਰਕਲ ਨਹੀਂ ਹੈ। ਫਿਰ ਚਲੋ ਇੱਕ ਆਵਾਜ਼ ਹੋ ਸਕਦੀ ਆ, ਦੋ ਹੋ ਸਕਦੀ ਆ, ਇੰਨੀਆਂ ਥੋੜ੍ਹਾ ਹੋ ਸਕਦੀ ਆ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਉਹ ਫਿਰ ਹੱਸ ਪੀ ਦਾ ਕਹਿੰਦਾ ਵੀ ਵਿਚਾਰੇ ਇਹੋ ਜਿਹੇ ਅੰਤਰਗਤ ਉਤਰੇ ਨਹੀਂ, ਬਾਹਰ ਮੁਖੀ ਆ। ਆਪਾਂ ਜਿੰਨੀ ਦੇਰ ਆਪਾਂ ਅੰਤਰਗਤ ਉਤਰੋ ਅਤੇ ਸਾਰਾ ਕੁਛ ਭੇਤ ਆਏਗਾ, ਫਿਰ ਐਨ ਧੜਕ ਹੋ ਕੇ ਦੱਸਣਾ, ਫਿਰ ਡੋਲਣਾ ਨਹੀਂ, ਝੂਠ ਨਹੀਂ ਬੋਲਣਾ। ਜੋ ਗੁਰਬਾਣੀ ਮੁਤਾਬਕ ਤੁਹਾਡਾ ਪ੍ਰੈਕਟੀਕਲ ਉਹ ਦੱਸਣਾ। ਜਿਵੇਂ ਹੁਣ ਬਾਹਰਲੀਆਂ ਆਵਾਜ਼ਾਂ ਆਪਾਂ ਸੁਣਦੇ ਹਾਂ ਕੰਨਾਂ ਦੇ ਨਾਲ, ਇੱਥੇ ਅੰਦਰ ਇੱਕ ਪਰਦਾ ਹੈ। ਕੀ ਹੈ ਜੀ? ਪਰਦਾ। ਪਰਦੇ ਤੋਂ ਅੰਦਰਲੀ ਗੱਲ ਤਾਂ ਕਦੀ ਸੁਣੀ ਨਹੀਂ, ਪਰਦੇ ਤੋਂ ਬਾਹਰਲੀਆਂ ਗੱਲਾਂ ਸੁਣੀ ਜਾਂਦੇ ਹਾਂ। ਹੁਣ ਇੱਧਰੋਂ ਤੁਸੀਂ ਬੋਲੇ, ਮੈਂ ਇੱਥੋਂ ਸੁਣਿਆ, ਬਾਹਰਲੀ ਗੱਲ ਸੁਣੀ, ਕਦੀ ਪਰਦੇ ਦੇ ਅੰਦਰਲੀ ਗੱਲ ਸੁਣੀ? ਅਤੇ ਜਦੋਂ ਪਰਦੇ ਦੇ ਅੰਦਰਲੀ ਗੱਲ ਸੁਣਾਂਗੇ, ਉੱਥੇ ਪੰਜ ਸ਼ਬਦ ਵੱਜਣਗੇ ਧੁਨਾਂ ਦੇ ਰੂਪ ਵਿੱਚ। ਕਰਮ ਹੈ ਕਰ ਦਿਖਾਏ ਦੇ, ਸੋ ਸਤਿਗੁਰੂ ਪੁਰਖ ਸੁਜਾਨ, ਪੰਜ ਸ਼ਬਦ ਤੁਨਕਾਰ ਧੁਨ। ਦੇਖੋ, ਸੁਣੋ ਧਿਆਨ ਨਾਲ, ਪੰਜ ਸ਼ਬਦ ਤੁਨਕਾਰ ਧੁਨ ਅਤੇ ਬਾਜੇ ਸ਼ਬਦ ਨਿਸ਼ਾਨ। ਕਲੀਅਰ ਹੀ ਕਰ ਦਿੱਤਾ ਵੀ ਜਦੋਂ ਉਹ ਪੰਜ ਸ਼ਬਦ ਧੁਨਾਂ ਦੇ ਰੂਪ ਵਿੱਚ ਸੁਣਨਗੇ ਅਤੇ ਨਾਲ ਹੀ ਸਾਰੀਆਂ ਧੁਨਾਂ ਇਕੱਠੀਆਂ ਹੋ ਕੇ ਸ਼ਬਦ ਵੱਜੇਗਾ, ਉਹ ਜਿਹੜਾ ਨਿਸ਼ਾਨ ਹੈ ਜਿਹੜਾ ਸਾਨੂੰ ਘਰੇ ਲੈ ਕੇ ਜਾਏਗਾ, ਤੂਰ ਵੱਜੇਗਾ, ਗੋਬਿੰਦ ਗੱਜੇਗਾ, ਉੱਚੀ ਆਵਾਜ਼ ਹੋਏਗੀ। ਇਸ ਕਰਕੇ ਆਪਾਂ ਵਹਿਮਾਂ ਭਰਮਾਂ 'ਚ ਆਪਾਂ ਨਾ ਪਈਏ। ਜੇ ਕੋਈ ਪੈ ਰਿਹਾ ਤਾਂ ਆਪਾਂ ਕੋਸ਼ਿਸ਼ ਕਰੋ ਸਮਝਾਉਣ ਦੀ, ਨਹੀਂ ਸਮਝਦਾ ਅਗਲੇ ਦੀ ਮਰਜ਼ੀ, ਪਰ ਆਪਾਂ ਸਮਝੇ ਰਹੀਏ। ਆਪਾਂ ਗੁਰਬਾਣੀ ਮੁਤਾਬਕ ਚੱਲਣਾ ਹੈ। ਗੁਰਬਾਣੀ ਵਿੱਚ ਦੱਸਿਆ ਪੰਜ ਸ਼ਬਦ ਧੁਨਕਾਰ ਧੁਨ, ਇਹ ਜਿਹੜੇ ਪੰਜ ਸ਼ਬਦ ਨੇ ਉਹ ਧੁਨਾਂ ਦੇ ਰੂਪ ਵਿੱਚ ਆ। ਅਤੇ ਜੇ ਉਹ ਸਾਨੂੰ ਧੁਨਾਂ ਦੇ ਵਿੱਚੋਂ ਇੱਕ ਧੁਨ ਸੁਣਦੀ ਆ, ਦੋ ਸੁਣਦੀ ਆ, ਤਿੰਨ ਸੁਣਦੀ ਆ, ਚਾਰ ਸੁਣਦੀ ਆ, ਪੰਜ ਸੁਣਦੀ ਆ, ਧੁਨ ਸੁਣਦੀ ਤਾਂ ਹੈ ਨਾ, ਤਾਂ ਫਿਰ ਆਪਾਂ ਤਾਂ ਯਕੀਨ ਕਰਾਂਗੇ। ਕੀ ਕਰਾਂਗੇ ਜੀ? ਭਰੋਸਾ ਕਰਾਂਗੇ। ਇਸ ਕਰਕੇ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ। ਅਤੇ ਜੇ ਮਾਲਕ ਨੂੰ ਮਿਲਣਾ ਨਾ, ਤਾਂ ਫਿਰ ਥੋੜ੍ਹਾ ਜਿਹਾ ਡਰ ਤੋਂ ਉੱਪਰ ਉੱਠਣਾ ਪਏਗਾ। ਜਦੋਂ ਸ਼ਬਦ ਤੇਜ਼ ਹੁੰਦਾ ਨਾ, ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਦਲੇਰੋਂ ਵੀ ਡਰ ਜਾਂਦੇ, ਜਦੋਂ ਤੂਰ ਵੱਜਦਾ, ਜਦੋਂ ਤੂਰ ਵੱਜਦਾ, ਗੋਬਿੰਦ ਗੱਜਦਾ। ਗੁਰਬਾਣੀ 'ਚ ਲਿਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ। ਦੱਸੋ ਫਿਰ ਉਹ ਆਵਾਜ਼ ਕਿਹੜੀ ਆ ਜਦੋਂ ਗੋਬਿੰਦ ਗੱਜਦਾ? ਉਹ ਵਾਹਿਗੁਰੂ ਨਹੀਂ ਹੈ, ਉਹ ਆਵਾਜ਼ ਹੈਗੀ ਆ ਜਿਵੇਂ ਜਹਾਜ਼ ਹਵਾ ਨੂੰ ਚੀਰ ਕੇ ਚੜ੍ਹਦਾ ਉੱਪਰ, ਕਿੰਨੀ ਗੂੰਜ ਪੈਂਦੀ ਆ ਜੀ, ਇਸ ਤਰ੍ਹਾਂ ਦੀ ਆਵਾਜ਼ ਹੁੰਦੀ ਹੈ। ਸਵੇਰੇ ਦਰਬਾਰ ਸਾਹਿਬ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਸਤਿਗੁਰ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਤੇ ਉਦੋਂ ਅੱਗੇ ਚੱਲਦੇ ਕਿ ਨਹੀਂ ਸਾਜ, ਅਤੇ ਕਿੰਨੀ ਆਵਾਜ਼ ਹੁੰਦੀ ਆ ਜੀ ਉਹਨਾਂ ਦੀ? ਹਾਂਜੀ, ਨਰਸਿੰਘ ਵੱਜਦਾ, ਨਰਸਿੰਘਾ। ਅਤੇ ਉਹਨਾਂ ਨੂੰ ਮਿਲਾ ਕੇ ਦੇਖ ਲਿਆ ਕਰੋ, ਹਰ ਇੱਕ ਚੀਜ਼ ਨੂੰ ਗੁਰਬਾਣੀ ਗੁਰੂ ਨੂੰ ਬਾਹਰਲੀ ਆਵਾਜ਼ ਦੇ ਨਾਲ ਟੈਲੀ ਕਰ ਲਿਆ ਕਰੋ ਵੀ ਜਿਹੜੀ ਅੰਦਰ ਸੁਣਦੀ ਹੈ ਉਹ ਬਾਹਰ ਕਿਸ ਤਰ੍ਹਾਂ ਦੀ ਹੋ ਸਕਦੀ। ਅਤੇ ਕਈ ਗੁਰਮੁਖ ਨੇ ਉਹ ਕਾਂਏ ਦਾ ਭਾਂਡਾ ਲੈਂਦੇ ਨੇ। ਕੀ ਲੈਂਦੇ ਜੀ? ਕਾਂਏ ਦਾ ਭਾਂਡਾ ਲੈਂਦੇ ਨੇ, ਉਹਦੇ ਵਿੱਚ ਉਹ ਕੋਈ ਚੀਜ਼ ਪਾਉਂਦੇ ਨੇ, ਉਹਨੂੰ ਐਂ ਘੁਮਾ ਦਿੰਦੇ, ਉਹਦੇ 'ਚ ਫਿਰ ਆਵਾਜ਼ ਨਿਕਲਦੀ ਆਪਣੇ ਆਪ। ਜਿਹੜਾ ਸੰਖ ਨਹੀਂ ਜੀ, ਸੰਖ ਇੱਕ ਵਾਰੀ ਕਿਸੇ ਨੇ ਪਾਇਆ ਅਤੇ ਉਹ ਸੰਖ ਦੇ ਵਿੱਚ ਰੇਤਾ ਸੀਗਾ ਪਾਇਆ, ਅਤੇ ਉਹਦੇ 'ਚੋਂ ਆਵਾਜ਼ ਨਿਕਲੀ ਜੀ ਜਦੋਂ ਉਹਨਾਂ ਨੇ ਕੱਢਿਆ, ਉਹ ਵੇਖੋ ਬੋਲੇ ਆਵਾਜ਼ ਆਉਂਦੀ ਸੀ। ਅਤੇ ਸਾਡੇ ਅੰਦਰ ਬਿਨਾਂ ਸਾਜ਼ਾਂ ਤੋਂ ਆਵਾਜ਼ਾਂ ਆਉਂਦੀਆਂ ਨੇ, ਉਹਨਾਂ ਨੂੰ ਕੀ ਕਹਿੰਦੇ ਫਿਰ ਮਹਾਰਾਜ ਬਾਣੀ 'ਚ? ਇੱਥੇ ਹੀ ਆ ਇਲਾਕਾ, ਕੋਈ ਦੂਰ ਨਹੀਂ ਹੈਗਾ, ਪੋਰਸ਼ਨ ਨੇ ਬਣੇ ਹੋਏ, ਨੇੜੇ ਹੀ ਆ ਉਹ ਇਲਾਕਾ ਜਿੱਥੇ ਬਿਨਾਂ ਤਪਲੇ ਤੋਂ ਤਪਲਾ ਵੱਜਦਾ।
ਕੀ ਝੁਠਲਾ ਸਕਦੇ ਹਾਂ ਬਾਣੀ ਗੁਰੂ ਨੂੰ ਤਾਂ ਨਹੀਂ ਨਾ ਝੁਠਲਾ ਸਕਦੇ। ਅੰਨ ਮੜਿਆ ਮੰਦਲ ਵਾਜੇ ਬਿਨ ਸਾਵਣ ਕੰਨ ਹਰ ਗਾਜੇ। ਕਹਿੰਦੇ ਜਿਵੇਂ ਸਾਵਣ ਵਿੱਚ ਜਿਵੇਂ ਬੱਦਲ ਨਹੀਂ ਗੱਜਦਾ, ਕਹਿੰਦੇ ਐਂ ਬਿਨਾਂ ਸਾਵਣ ਤੋਂ ਜਿਵੇਂ ਬੱਦਲ ਗੱਜਦਾ ਐਂ ਆਵਾਜ਼ ਸੁਣਾਈ ਦੇਗੀ। ਮਹਾਰਾਜ ਦੀ ਬਾਣੀ 'ਚ ਹੀ ਆ ਨਾ, ਅਣ ਮੜਿਆ ਮੰਦਲ ਵਾਜੇ ਬਿਨ ਸਾਵਣ ਕੰਨ ਹਰ ਗਾਜੇ। ਬਾਦਲ ਬਿਨ ਵਰਖਾ ਹੋਈ, ਬਿਨਾਂ ਬੱਦਲਾਂ ਤੋਂ ਜਿਵੇਂ ਵਰਖਾ ਹੁੰਦੀ। ਉਹ ਕਿਹੜਾ ਇਲਾਕਾ ਹੈ? ਉਹ ਆਹੀ ਇਲਾਕਾ, ਕੋਈ ਦੂਰ ਨਹੀਂ ਹੈਗਾ ਵੀ ਜਾਣੀ ਕਿਤੇ ਸਫ਼ਰ ਕਰਕੇ ਜਾਣਾ। ਇੱਥੋਂ ਮਨ ਦੀ ਅਵਸਥਾ ਬਣਾਓ ਅਤੇ ਆਹੀ ਇਲਾਕਾ ਹੈ। ਅਤੇ ਉਹਦਾ ਫਿਰ ਕਿਵੇਂ ਪਤਾ ਲੱਗਦਾ ਬਾਦਲ ਬਿਨ ਵਰਖਾ ਹੋਈ? ਤੁਸੀਂ ਬਾਹਰ ਬੈਠੇ ਹੋ, ਛੱਤ ਥੱਲੇ ਬੈਠੇ ਹੋ, ਮੀਂਹ ਨਹੀਂ ਪੈ ਰਿਹਾ, ਤੁਹਾਨੂੰ ਐਂ ਲੱਗੂ ਵੀ ਤੁਹਾਡੇ ਰੂਮਾਂ ਦੇ ਉੱਤੇ ਕਣੀਆਂ ਡਿੱਗਦੀਆਂ ਨੇ। ਸਰੀਰ ਗਿੱਲਾ ਨਹੀਂ ਹੋਏਗਾ, ਦੂਜੇ ਮੀਂਹ ਨਾਲ ਗਿੱਲੇ ਹੋ ਜਾਂਦੇ ਆ, ਇੱਧਰ ਗਿੱਲਾ ਨਹੀਂ ਹੋਏਗਾ, ਐਨ ਇੱਕ ਠੰਡ ਆਏਗੀ। ਕੀ ਆਏਗੀ ਜੀ? ਚਰਨਾਟ, ਠੰਡੀ ਠੰਡੀ, ਅੱਛਾ ਲੱਗੇਗਾ। ਉਹ ਆ ਬਿਨ ਬਾਦਲ ਵਰਖਾ। ਹਾਂਜੀ, ਇਹ ਪ੍ਰੈਕਟੀਕਲ ਜਿਨ੍ਹਾਂ ਨੇ ਕੀਤੇ ਹੋਏ ਨੇ ਨਾ, ਉਹ ਪ੍ਰੈਕਟੀਕਲ ਬੋਲਦੇ ਆ। ਅਤੇ ਜੇ ਹੁਣ ਆਪਾਂ ਪ੍ਰੈਕਟੀਕਲ ਕਰਨਾ ਹੀ ਨਹੀਂ ਤਾਂ ਫਿਰ ਤਾਂ ਵਾਹਿਗੁਰੂ ਬਾਹਰ ਮੁਖੀ ਰਹਿ ਜਾਂਗੇ। ਇਸ ਕਰਕੇ ਮੇਰੀ ਬੇਨਤੀ ਆ ਕਿ ਆਪਾਂ ਸਾਰੇ ਪ੍ਰੈਕਟੀਕਲ ਕਰ ਰਹੇ ਹਾਂ ਅਤੇ ਅੱਗੇ ਵੀ ਕਰਵਾਈਏ। ਜਿਹੜਾ ਕੋਈ ਕਰਨਾ ਚਾਹੁੰਦਾ ਉਹਨੂੰ ਜ਼ਰੂਰ ਕਰਾਓ। ਉਹਨੂੰ ਜਦੋਂ ਕਰੇਗਾ ਚੰਗੀ ਤਰ੍ਹਾਂ ਸਮਝ ਕੇ, ਉਹਨੂੰ ਕੁਛ ਨਾ ਕੁਛ ਤਾਂ ਮਾਲਕ ਦੇਗਾ। ਕੀ ਦੇਗਾ? ਜਾਂ ਤਾਂ ਸ਼ਬਦ ਸੁਣਾਏਗਾ, ਜਾਂ ਅੰਮ੍ਰਿਤ ਰਸ ਦੇਗਾ, ਜਾਂ ਖੁਸ਼ਬੂ ਦੇਗਾ, ਜਾਂ ਝਿਲ ਮਿਲ ਦਿਖਾਏਗਾ। ਹਾਂਜੀ, ਜਾਂ ਜਿਵੇਂ ਸਰਚ ਲਾਈਟ ਵੱਜਦੀ ਹੁੰਦੀ, ਚਮਕਾਂ ਪੈਂਦੀਆਂ ਇਸ ਤਰ੍ਹਾਂ, ਅਤੇ ਜਾਂ ਪ੍ਰਕਾਸ਼ ਹੋਏਗਾ। ਇਹਨਾਂ ਚੀਜ਼ਾਂ ਦੇ ਵਿੱਚੋਂ ਇਹਨੂੰ ਸ਼ਿੰਗਾਰ ਕਹਿੰਦੇ ਆ। ਕੀ ਕਹਿੰਦੇ ਜੀ? ਜਿਵੇਂ ਆਪਾਂ ਵਿਆਹ ਕਰਦੇ ਹਾਂ ਧੀਆਂ ਦੇ, ਅਤੇ ਉਹ ਧੀਆਂ ਆਪਣੀਆਂ ਸ਼ਿੰਗਾਰ ਕਰਦੀਆਂ ਕਰਦੀਆਂ ਨੇ ਸ਼ਿੰਗਾਰ। ਕਿੰਨਾ ਸ਼ਿੰਗਾਰ ਹੁੰਦਾ? ਕੰਨਾਂ ਦੇ ਵਿੱਚ ਕਾਟੇ ਹੁੰਦੇ ਆ, ਸਿਰ 'ਤੇ ਵੀ ਉਹ ਟਿੱਕਾ ਬਣਿਆ ਹੁੰਦਾ, ਉਹ ਕੀ ਆ ਜੀ? ਸ਼ਿੰਗਾਰ। ਅਤੇ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਸਾਡੇ ਮਨ ਨੇ ਵੀ ਸ਼ਿੰਗਾਰ ਕਰਨਾ। ਜਦੋਂ ਮਾਲਕ ਕੋਲ ਜਾਣਾ ਨਾ, ਮਾਲਕ ਦੇ ਦਰ 'ਤੇ ਜਾਣਾ, ਸ਼ਿੰਗਾਰ ਕਰਕੇ ਜਾਣਾ, ਅਤੇ ਉਹ ਸ਼ਿੰਗਾਰ ਮਾਲਕ ਨੂੰ ਚੰਗਾ ਲੱਗਦਾ। ਅਤੇ ਉਹ ਸ਼ਿੰਗਾਰ ਕਰਕੇ ਮਨ ਸਾਡਾ ਫਿਰ ਮਾਲਕ ਦੇ ਦਰ 'ਤੇ ਨ੍ਰਿਤ ਕਰਦਾ, ਨੱਚਦਾ। ਮਹਾਰਾਜ ਦੀ ਬਾਣੀ 'ਚ ਲਿਖਿਆ। ਕੀ ਕਹਿੰਦੇ? ਕਹਿੰਦੇ ਕਰ ਕਰ ਤਾਲ ਪਖਾਵਜ ਨੈਣੋ ਮਾਥੇ ਵੱਜੇ ਰਬਾਬਾ, ਕਰਨੋ ਮੱਧ ਬਾਸਰੀ ਬਾਜੇ ਜੇਵਾ ਧੁਨ ਅਗਾਜਾ, ਨ੍ਰਿਤ ਕਰੇ ਕਰ ਮਨੁਆ ਨਾਚੇ ਆਣੇ ਘੂੰਗਰ ਸਾਜਾ, ਰਾਮ ਕੋ ਨ੍ਰਿਤਕਾਰੀ ਪੇਖੇ ਪੇਖਨ ਹਾਰ ਦਿਆਲਾ, ਜੇਤਾ ਸਾਜ ਸ਼ਿੰਗਾਰੀ। ਵੀ ਜਿਸ ਤਰ੍ਹਾਂ ਦਾ ਸ਼ਿੰਗਾਰ ਕਰਨ ਨੂੰ ਕਿਹਾ ਗਿਆ ਸੀ ਮਨ ਨੂੰ, ਮਨ ਉਹ ਸ਼ਿੰਗਾਰ ਕਰਕੇ ਮਾਲਕ ਦੇ ਅੱਗੇ ਨੱਚ ਰਿਹਾ, ਨ੍ਰਿਤ ਕਰਦਾ ਪਿਆ। ਲਓ ਇਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆ। ਇਹ ਝੁਠਲਾ ਸਕਦੇ ਹਾਂ ਜੀ? ਕਦੀ ਨਹੀਂ ਝੁਠਲਾ ਸਕਦੇ। ਬਾਣੀ ਗੁਰੂ ਨੂੰ ਅੱਗੇ ਰੱਖ ਕੇ ਚੱਲਣਾ ਆਪਾਂ, ਠੀਕ ਹੈ ਜੀ? ਪ੍ਰੈਕਟੀਕਲ ਕਰਨਾ ਹੈ। ਨਵਾਂ ਬੱਚਾ ਕੋਈ ਵੀ ਆਉਂਦਾ, ਬੱਚਾ ਮਤਲਬ ਕਹਿੰਦਾ ਮਾਲਕ ਦਾ ਬੱਚਾ, ਚਾਹੇ ਉਹਦੀ ਉਮਰ ਕਿੰਨੀ ਵੀ ਆ, ਛੋਟੀ ਉਮਰ ਆ, ਜਵਾਨੀ ਦੀ ਉਮਰ ਆ, ਜਾਂ ਵੱਡੀ ਉਮਰ ਆ, ਉਹਨਾਂ ਨੂੰ ਕਹੋ ਜੀ ਕਰਕੇ ਤਾਂ ਦੇਖੋ ਇੱਕ ਵਾਰੀ। ਅਤੇ ਜਦੋਂ ਉਹ ਪਿਆਰ ਨਾਲ ਕਰਨਗੇ, ਇਹਨਾਂ ਨਿਸ਼ਾਨੀਆਂ 'ਚ ਕੋਈ ਨਾ ਕੋਈ ਸ਼ਿੰਗਾਰ ਤਾਂ ਹੋਊਗਾ ਹੀ ਹੋਊਗਾ। ਅੰਤਰ ਗੁਰੂ ਅਰਾਧਾਂਗੇ, ਸ਼ਿੰਗਾਰ ਕੋਈ ਨਾ ਕੋਈ ਤਾਂ ਹੋਊਗਾ ਹੋਊਗਾ। ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਕਰਾਂਗੇ, ਕੋਈ ਨਾ ਕੋਈ ਤਾਂ ਸ਼ਿੰਗਾਰ ਹੋਏਗਾ। ਅਤੇ ਆਹ ਸ਼ਿੰਗਾਰ ਹੋਣਾ, ਤਬਲਾ ਸੁਣਾਈ ਦੇਗਾ, ਬੰਸਰੀ ਸੁਣਾਈ ਦੇਗੀ,
ਰਬਾਬ ਸੁਣਾਈ ਦੇਗੀ, ਸੰਖ ਵੱਜਦਾ ਸੁਣਾਈ ਦੇਗਾ, ਘੁੰਗਰੂ ਛਣਕਦੇ ਸੁਣਾਈ ਦੇਣਗੇ, ਅਣ ਬੀਨ ਵੱਜਦੀ ਸੁਣਾਈ ਦੇਗੀ, ਅਨਹਦ ਬੀਨਾ, ਜਬ ਕੁੰਭਕ ਭਰ ਭਰ ਲੀਨਾ 'ਤੇ ਵੱਜੇ ਅਨਹਦ ਬੀਨਾ। ਕਿੱਥੇ ਵੱਜਦੀ ਇਹ, ਕਿਵੇਂ ਘਰ ਘੜੇ ਨੂੰ ਭਰਨਾ ਹੈ? ਘੜਾ ਕਿਹਨੂੰ ਕਹਿੰਦੇ ਆ? ਪੇਟ ਨੂੰ। ਜਿਵੇਂ ਪੇਟ ਦੇ ਵਿੱਚ ਆਪਾਂ ਸਾਹ ਭਰ ਲਿਆ ਅਤੇ ਫਿਰ ਛੱਡਿਆ, ਫਿਰ ਇੱਥੇ ਜਦੋਂ ਥੋੜ੍ਹੀ ਜਿਹੀ ਐਕਸਰਸਾਈਜ਼ ਕੀਤੀ ਅਤੇ ਅਨਹਦ ਬੀਨ ਦੀ ਆਵਾਜ਼ ਸੁਣਨ ਲੱਗ ਜਾਣੀ। ਕਿੰਨੀਆਂ ਆਵਾਜ਼ਾਂ ਦੱਸੀਆਂ ਨੇ ਵੀ ਇਸ ਤਰ੍ਹਾਂ ਦੀ ਆਵਾਜ਼ ਹੋ ਸਕਦੀ ਆ, ਇਸ ਤਰ੍ਹਾਂ ਦੀ ਹੋ ਸਕਦੀ ਹੈ। ਜੇ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਭਗਤਾਂ ਨੇ ਲਿਖਿਆ ਤਾਂ ਫਿਰ ਆਪਾਂ ਮੰਨਣਾ ਹੈ, ਅਤੇ ਜੇ ਬਾਣੀ 'ਚ ਕੋਈ ਗੱਲ ਨਹੀਂ ਲਿਖੀ ਫਿਰ ਆਪਾਂ ਨਹੀਂ ਮੰਨਣਾ। ਇਸ ਕਰਕੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਭਿਅਤਾ ਲੈ ਕੇ ਆਏ, ਉਹ ਸੱਭਿਅਤਾ ਦੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਲਕ ਦੇ ਹੁਕਮ ਮੁਤਾਬਕ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਅਤੇ ਅਸੀਂ ਜੋ ਵੀ ਪ੍ਰੈਕਟੀਕਲ ਕਰਦੇ ਹਾਂ, ਅੱਗੇ ਕਰਾਉਂਦੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਰਦੇ ਹਾਂ ਅਤੇ ਕਰਾਉਂਦੇ ਹਾਂ। ਕੋਈ ਵੀ ਗੁਰਮੁਖ ਆ ਕੇ ਵਿਚਾਰ ਕਰ ਸਕਦਾ, ਕਿਸੇ ਦੇ ਵੀ ਵਰਖਲਾ ਬੋਲਣ ਤੋਂ ਪਹਿਲਾਂ ਆ ਕੇ ਮਿਲੋ ਉਹਨੂੰ, ਵਿਚਾਰ ਕਰੋ, ਕਿਤੇ ਇਹ ਨਾ ਹੋਵੇ ਕਿ ਮੁੜ ਕੇ ਬਾਅਦ 'ਚ ਪਛਤਾਵਾ ਹੋਵੇ। ਕਿਉਂਕਿ ਜਿੱਦਣ ਕਿਤੇ ਮਾੜੀ ਮੋਟੀ ਝਲਕ ਦਿਖਾਈ ਤਾਂ ਕਹਾਂਗੇ ਜੀ ਅਸੀਂ ਤਾਂ ਐਂ ਬੋਲਦੇ ਰਹੇ ਉਹਨਾਂ ਨੂੰ। ਇਸ ਤੋਂ ਬਿਹਤਰ ਹੈ, ਸਿਆਣੇ ਬੰਦੇ ਦੀ ਕਹਾਵਤ ਹੈ, ਕਹਿੰਦੇ ਬੋਲਣ ਤੋਂ ਪਹਿਲਾਂ ਤੋਲੋ, ਮਤਲਬ ਕਹਿੰਦੇ ਸੋਚੋ, ਵਿਚਾਰੋ, ਫਿਰ ਬੋਲੋ। ਅਤੇ ਆਪਾਂ ਬੜੇ ਸਹਿਜ ਦੇ ਨਾਲ ਵਿਚਾਰ ਕੇ ਬਾਣੀ ਗੁਰੂ ਨੂੰ ਅੱਗੇ ਰੱਖ ਕੇ ਵਿਚਾਰ ਕੇ ਫਿਰ ਬੋਲਦੇ ਹਾਂ। ਕੋਈ ਵੀ ਯੁਕਤੀ ਜਿਹੜੀ ਤੁਹਾਨੂੰ ਦੱਸੀ ਜਾਂਦੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੁੰਦੀ ਆ, ਉਹ ਯੁਕਤੀ ਨੂੰ ਫਿਰ ਤੁਸੀਂ ਲਾ ਕੇ ਦੇਖਣਾ। ਜਦੋਂ ਲਾਓਗੇ, ਜੋ ਯੁਕਤੀ ਦੱਸਦੀ ਹੈ ਵੀ ਐਂ ਲਾਉਣ ਦੇ ਨਾਲ ਆਹ ਚੀਜ਼ ਹੋਏਗੀ ਤਾਂ ਉਹ ਹੋਏਗੀ, ਅਤੇ ਹੁਣ ਜੇ ਯੁਕਤੀ ਨਾ ਲਾਵਾਂਗੇ ਫਿਰ ਨਹੀਂ ਹੋਏਗੀ। ਇਸ ਕਰਕੇ ਮਹਾਰਾਜ ਕੀ ਕਹਿੰਦੇ ਗੁਰਬਾਣੀ ਵਿੱਚ, ਕਹਿੰਦੇ ਜੀਆਂ ਅੰਦਰ ਜੁਗਤ ਸਮਾਈ, ਜੀਆਂ ਅੰਦਰ ਜੁਗਤ ਸਮਾਈ, ਰਹੋ ਨਿਰਾਲਮ ਰਾਇਆ, ਜੱਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ। ਕਹਿੰਦੇ ਜਾਗੋਂ ਦੀ ਮਾਇਆ ਹੈ, ਛਾਂ ਹੈ, ਜਿਹਦਾ ਕੋਈ ਮਾਈ ਬਾਪ ਨਹੀਂ ਹੈ। ਅਤੇ ਹੁਣ ਸੋਚ ਕੇ ਦੱਸੋ, ਮਾਂ ਬਾਪ ਕਹਿੰਦਾ ਨਹੀਂ ਹੈ, ਮਾਲਕ ਦਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ, ਉਹ ਸਾਡੇ ਮਨ ਦਾ ਮਾਈ ਬਾਪ ਹੈ, ਅਤੇ ਸਾਡੇ ਤਨ ਦਾ ਮਾਈ ਬਾਪ ਤਨ ਵਰਗਾ ਹੈ, ਜਿਹਨੂੰ ਆਪਾਂ ਡੈਡੀ ਪਾਪਾ ਕਹਿੰਦੇ ਹਾਂ, ਮਾਂ ਕਹਿੰਦੇ ਹਾਂ, ਮੰਮੀ ਕਹਿੰਦੇ ਹਾਂ, ਉਹ ਤਨ ਵਰਗੇ ਨੇ। ਮਨ ਦਾ ਮਾਂ ਪਿਓ ਮਨ ਵਰਗਾ ਹੈ, ਮਨ ਪ੍ਰਕਾਸ਼ ਹੈ, ਜੋਤ ਹੈ, ਅਤੇ ਮਾਲਕ ਵੀ ਪ੍ਰਕਾਸ਼ ਹੈ, ਜੋਤ ਹੈ। ਉਸ ਮਨ ਨੂੰ ਇਹ ਤਨ ਦਿੱਤਾ ਗਿਆ, ਮਨ ਨੂੰ ਇਹ ਤਨ ਦਿੱਤਾ ਗਿਆ, ਤਨ ਲੈ ਕੇ ਮਨ ਮਾਂ ਦੇ ਗਰਭ 'ਚੋਂ ਬਾਹਰ ਆਇਆ, ਸਰੀਰ ਲੈ ਕੇ ਇੱਥੇ ਰਿਹਾ। ਜਿੰਨੇ ਸਵਾਸ ਗਿਣ ਕੇ ਮਿਲੇ ਸੀ, ਗਣ ਘਾਲੇ ਸਭ ਦਿਵਸ ਸਾਸ ਨਾ ਵੜਨ ਘਟਨ ਤਿਲਸਾ। ਜਿੱਦਣ ਉਹ ਸਮਾਂ ਦੇ ਸਵਾਸ ਖਤਮ ਹੋ ਗਏ ਤਾਂ ਦੇਖੋ ਫਿਰ ਕੌਣ ਗਿਆ? ਮਨ ਗਿਆ, ਤਨ ਤਾਂ ਗਿਆ ਹੀ ਨਹੀਂ। ਮਨ ਗਿਆ ਨਾ ਸਰੀਰ ਛੱਡ ਕੇ, ਆਪਾਂ ਕਹਿੰਦੇ ਹਾਂ ਫਲਾਨਾ ਦੇਹ ਛੱਡ ਗਿਆ, ਦੇਹ ਨਾਲ ਨਹੀਂ ਗਈ, ਦੇਹ ਛੱਡ ਗਿਆ। ਦੇਹ ਦਾ ਤਾਂ ਆਪਾਂ ਬਾਅਦ 'ਚ ਸੰਸਕਾਰ ਕੀਤਾ, ਜਾਂ ਪਾਣੀ 'ਚ ਰਿੜ ਦਿੱਤਾ, ਜਾਂ ਮਿੱਟੀ 'ਚ ਦੱਬ ਦਿੱਤਾ, ਅਤੇ ਉਹ ਸਰੀਰ ਕਿਹਨੇ ਛੱਡਿਆ? ਮਨ ਨੇ ਛੱਡਿਆ। ਦੇਖੋ ਮਹਾਰਾਜ ਕੀ ਕਹਿੰਦੇ, ਕਹਿੰਦੇ ਮਨ ਦੇ ਨਾਲ ਇਹ ਤਨ ਸਰੀਰ ਆਇਆ, ਜਦੋਂ ਮਨ ਨੂੰ ਬੁਲਾਇਆ ਗਿਆ ਵਾਪਸ ਆਇਆ, ਨਾਲ ਵਾਪਸ ਨਾਲ ਨਹੀਂ ਗਿਆ ਸਰੀਰ,
ਕਿਉਂਕਿ ਕਾਲ ਦਾ ਸੀ, ਇਹ ਕਾਲ ਦੇ ਇਲਾਕੇ 'ਚ ਰਹਿ ਗਿਆ। ਸਰੀਰ ਕਹਿੰਦਾ ਸੀ ਇਹ ਸਰੀਰ ਸਭ ਮੂਲ ਹੈ ਮਾਇਆ, ਇਹ ਕਾਲ ਦੇ ਇਲਾਕੇ 'ਚ ਰਹਿ ਗਿਆ, ਅਤੇ ਮਨ ਇੱਥੋਂ ਦਾ ਰਹਿਣ ਵਾਲਾ ਸੀ ਉਹ ਉੱਧਰ ਚਲਾ ਗਿਆ। ਇਸ ਕਰਕੇ ਪੰਜਵੇਂ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਜਾਗ ਲੇ ਰੇ ਮਨਾ ਜਾਗ ਲੇ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ। ਕਹਿੰਦੇ ਜਿਹੜਾ ਤਨ ਨਾਲ ਹੀ ਉਪਜਿਆ ਸੀ ਉਹ ਵੀ ਨਾਲ ਨਹੀਂ ਗਿਆ, ਉਹ ਵੀ ਸੰਗ ਨਹੀਂ ਗਿਆ। ਦੇਖੋ ਕਿੰਨਾ ਸੋਹਣਾ ਮਹਾਰਾਜ ਨੇ ਗੁਰਬਾਣੀ ਵਿੱਚ ਦੱਸਿਆ। ਫਿਰ ਕੀ ਕਹਿੰਦੇ, ਆਪਣੇ ਮਨਾਂ ਦੀ ਗੱਲ ਕੀਤੀ ਹੈ, ਕਹਿੰਦੇ ਮਨ ਜਿਹੜੇ ਆ ਇਹ ਵਿਚਾਰਾਂ ਦੇ ਵਿੱਚ ਕਈ ਜਨਮਾਂ ਤੋਂ ਸੁੱਤੇ ਹੋਏ ਆ, ਕਈ ਜਨਮਾਂ ਦੇ ਮਨ ਸੁੱਤੇ ਹੋਏ ਆ। ਕਹਿੰਦੇ ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਜਨਮਾਂ ਜਨਮਾਂਤਰਾਂ ਦਾ ਸੁੱਤਿਆ ਹੋਇਆ ਮਨ ਨੂੰ ਹੁਣ ਅਸੀਂ ਜਗਾ ਸਕਦੇ ਹਾਂ। ਮਨ ਜਗਾਉਣਾ, ਤਨ ਤਾਂ ਜਗਾਉਂਦੇ ਹਾਂ, ਸਵੇਰੇ ਉੱਠਦੇ ਹਾਂ, ਚਾਹ ਪਾਣੀ ਮੂੰਹ ਧੋਂਦੇ ਹਾਂ, ਉਹ ਤਨ ਦੀ ਗੱਲ ਆ, ਮਨ ਦੀ ਗੱਲ ਆ ਮਨ ਦਾ ਜਗਾਉਣਾ। ਮਨ ਦਾ ਸੌਣਾ ਕਿੱਥੇ ਆ, ਤ੍ਰੈ ਗੁਣਾਂ ਦੇ ਵਿੱਚ, ਤ੍ਰੈ ਗੁਣ ਵਿਚਾਰਾਂ ਦੇ ਵਿੱਚ, ਤੀਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ 'ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਤ੍ਰੈ ਗੁਣਾਂ ਦੇ ਵਿੱਚ ਮਨ ਵਿਚਾਰਾਂ 'ਚ ਸੁੱਤਾ ਹੋਇਆ, ਅਤੇ ਹੁਣ ਜਗਾਉਣ ਵਾਲੇ ਨੇ ਤਾਂ ਹੋਕਾ ਦੇ ਦਿੱਤਾ ਵੀ ਜਾਗੋ, ਅਤੇ ਜੇ ਹੁਣ ਉਹ ਸੰਦੇਸ਼ਾ ਦੇ ਕੇ ਗਿਆ, ਕੀ ਕਹਿ ਕੇ ਗਿਆ, ਕਹਿੰਦਾ ਜਾਗੋ ਸੁੱਤਿਓ, ਚੱਲਿਆ ਬਣਜਾਰਾ। ਕਹਿੰਦੇ ਬਣਜਾਰਾ ਚੱਲਿਆ, ਹੋਕਾ ਦੇ ਕੇ ਜਾਗ ਜੋ, ਮੌਕਾ ਜਾਗ ਜੋ। ਹੁਣ ਆਪਾਂ ਨੂੰ ਹੋਕਾ ਦੇ ਕੇ ਗਿਆ, ਹੋਕਾ ਤਾਂ ਪਹਿਲਾਂ ਵੀ ਦਿੱਤਾ ਸੀ ਗੁਰੂ ਸਾਹਿਬਾਨ ਭਗਤਾਂ ਨੇ, ਸਾਨੂੰ ਪਤਾ ਹੀ ਨਹੀਂ ਸੀ ਵੀ ਮਨ ਵੀ ਕਿਤੇ ਸੁੱਤਾ ਹੋਇਆ, ਅਤੇ ਉਹ ਹੋਕਾ ਦੇ ਕੇ ਗਿਆ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ। ਕਿਸੇ ਹੋਰ ਨੇ ਹੋਕਾ ਦਿੱਤਾ ਸਾਡੀ ਇਸ ਲਾਈਫ ਦੇ ਵਿੱਚ, ਹੋਕਾ ਦਿੱਤਾ ਉਹਨਾਂ ਨੇ, ਕਹਿੰਦੇ ਮਨ ਸੁੱਤੇ ਪਏ ਨੇ ਤ੍ਰੈ ਗੁਣਾਂ ਦੇ ਵਿੱਚ, ਤ੍ਰੈ ਗੁਣਾਂ ਤੋਂ ਉੱਪਰ ਉਠਾ ਲਓ, ਚੌਥੇ ਪਦ 'ਚ ਲੈ ਜਾਓ ਇਹਨਾਂ ਨੂੰ ਆਪਦੇ ਮਨਾਂ ਨੂੰ, ਅਤੇ ਸਦਾ ਮਾਲਕ ਦੇ ਅੰਗ ਸੰਗ ਰਹੋਗੇ। ਅਤੇ ਆਪਾਂ ਜਗਾ ਰਹੇ ਹਾਂ ਨਾ, ਕਿਵੇਂ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ, ਸਿਮਰਨ ਕਰਕੇ ਉਹ ਕਹਿੰਦੇ ਜਗਾਓ। ਇਹ ਵੀ ਭਾਈ ਸਾਹਿਬ ਨੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਾਨੂੰ ਦੱਸਿਆ, ਅਤੇ ਆਪਾਂ ਤਾਂ ਵਿਚਾਰਨ ਜੋਗੇ ਹੈ ਹੀ ਨਹੀਂ ਸੀ, ਅਤੇ ਉਹਨਾਂ ਨੇ ਦੱਸਿਆ ਵੀ ਇਹ ਗੁਰਬਾਣੀ ਦੇ ਵਿੱਚ ਹੈ, ਅਤੇ ਆਓ ਫਿਰ ਆਪਾਂ ਵੀ ਜਗਾਈਏ। ਉਹ ਬਣਜਾਰਾ ਚਲਾ ਗਿਆ, ਗਾਂ ਹੋਰ ਬਣਜਾਰੇ ਪੈਦਾ ਕਰ ਗਿਆ, ਉਹਨਾਂ ਬਣਜਾਰਿਆਂ 'ਚ ਇੱਕ ਬਣਜਾਰਾ ਇਹ ਵੀ ਬਣਾ ਗਿਆ, ਹਾਂਜੀ ਇਹ ਵੀ ਬਣਜਾਰਾ। ਫਿਰ ਇਹੀ ਕਹਿੰਦਾ ਵੀ ਹੁਣ ਜਾਗੋ, ਹੈ ਨਾ, ਸੁੱਤਿਓ, ਅਤੇ ਆਓ ਫਿਰ ਗੁਰਮੁਖ ਪਿਆਰਿਓ, ਆਪਾਂ ਮਨਾਂ ਨੂੰ ਜਗਾਈਏ ਸਿਮਰਨ ਕਰਕੇ। ਕਰੋ ਸ਼ੁਰੂ ਜੀ। ਵਾਹਿਗੁਰੂ, 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 ਵਾਹਿਗੁਰੂ।